ਇੱਕ ਮਦਰ ਨੇ ਉਸੇ ਨੇ ਆਪਣੇ ਬੱਚੇ ਨੂੰ ਮਾਰਨ ਦੇ ਹੁਕਮ ਦਿੱਤੇ ਨੇ ਉਸੇ ਨੇ ਕੌਨਟਰੈਕਟ ਕਿਲਰ ਕੀਤੇ ਸੀ ਕਿ ਪਰ ਜੱਸੀ ਨੂੰ ਜਿਵੇਂ ਉਹਨਾਂ ਨੇ ਮਾਰਿਆ ਉਹਨਾਂ ਨੇ ਉਸ ਦਾ ਫੇਸ ਸੈਂਟਰ ਚੋਂ ਕੱਟਿਆ ਉਹਨਾਂ ਨੇ ਉਹਦੇ ਚੈਸਟ ਦੇ ਤੋਂ ਕੱਟਿਆ ਤੇ ਫਿਰ ਉਹਨਾਂ ਨੇ ਉਸ ਦਾ ਗਲਾ ਸਲਿੱਟ ਕੀਤਾ ਤੇ ਸਾਰੇ ਬਰੂਜਿਸ ਸੀਗੇ ਬਹੁਤ ਸਾਰੇ ਕੱਟ ਸੀਗੇ ਜਦੋਂ ਤੁਹਾਡਾ ਗਲਾ ਕੱਟਿਆ ਜਾਂਦਾ ਹੈ ਤੇ ਤੁਸੀਂ ਬਹੁਤ ਜ਼ਿਆਦਾ ਚੀਕਣਾ ਚਾਹੁੰਦੇ ਹੋ ਪਰ ਤੁਸੀਂ ਚੀਕ ਨਹੀਂ ਸਕਦੇ ਕਿਉਂਕਿ ਤੁਹਾਡੇ ਤਾੜੀਆਂ ਵਿੱਚ ਕੌਣ ਚਲੇ ਤੁਸੀਂ ਸਾਹ ਵੀ ਨਹੀਂ ਲੈ ਸਕਦੇ ਬਹੁਤ ਦਰਦਨਾਕ ਮੌਕਾ ਹੈ ਜੋ ਜੱਸੀ ਨੇ ਸਹੀ ਪਰ ਉਸਨੇ ਹੋ ਚੁੱਕੀ ਨਹੀਂ ਬਿਨਾ ਪੁਲਿਸ ਦੇ ਹੈਲਪ ਦੇ ਮਿੱਠੂ ਤੇ ਝੂਠੇ ਕੇਸ ਨਹੀਂ ਸੀ ਪਾਇਆ ਜਾ ਸਕਦਾ ਮਿੱਠੂ ਜਿਸ ਤੇ ਉੱਤੇ ਐਨੇ ਝੂਠੇ ਕੇਸ ਪਏ ਨੇ ਹਜੇ ਵੀ ਉਹ ਜੇਲ੍ਹ ਵਿੱਚ ਹੈ ਹਜੇ ਵੀ ਉਹ ਲੜਾਈ ਲੜ ਰਿਹਾ ਹੈ ਤੇ ਉਸਨੇ ਝੂਠੇ ਕੇਸ ਸਹੇ ਨੇ ਟਾਰਚਰ ਸਹਿਆ ਹੈਗਾ ਉਹਦੇ ਪਰਿਵਾਰ ਨੇ ਬਹੁਤ ਥ੍ਰੈਟਸ ਸਹੇ ਨੇ ਪਰ ਉਹ ਵਿਕੇ ਨਹੀਂ ਸਭ ਤੋਂ ਵੱਡੀ ਗੱਲ ਹੈ ਕਿ ਉਹ ਵਿਕੇ ਨਹੀਂ ਜੱਸੀ ਕੈਨੇਡਾ ਵਿੱਚ ਪੜ੍ਹੀ ਲਿਖੀ ਸੀ ਉੱਥੇ ਹੀ ਉਹ ਵੱਡੀ ਹੋਈ ਉਹ ਇਸ ਗੱਲ ਨੂੰ ਨਹੀਂ ਸੀ ਸਮਝਦੀ ਜਾਤ ਪਾਤ ਉਹਦੇ ਲਈ ਸੋਸ਼ਲ ਇਕਨੋਮਿਕ ਬੈਰੀਅਰ ਨਹੀਂ ਸੀਗੇ ਜਗਰਾਉਂ ਦੇ ਕੋਲ ਪਿੰਡ ਹੈ ਤੇ ਉੱਥੇ ਉਹਨਾਂ ਦੇ ਜੱਸੀ ਦੇ ਮਾਮੇ ਦੀ ਹਵੇਲੀ ਹੈ ਸੁਖਬੀਰ ਸਿੰਘ ਵਿਦੇਸ਼ਾ ਜੀ ਉਸ ਹਵੇਲੀ ਦੇ ਪਿੱਛੇ ਇੱਕ ਖੇਤ ਛੱਡ ਕੇ ਮਿੱਠੂ ਦਾ ਦੋ ਕਮਰਿਆਂ ਦਾ ਘਰ ਹੈ ਉਹ ਮਿੱਠੂ ਤੇ ਉਹਨਾਂ ਦੇ ਵਿੱਚ ਇੰਨਾ ਫਰਕ ਹੈ ਕਿ ਉਹਨਾਂ ਦੀ ਪੂਰੀ ਹਵੇਲੀ ਹੈ ਜੋ ਤੁਸੀਂ ਫਿਲਮਾਂ 'ਚ ਪੰਜਾਬੀ ਹਵੇਲੀ ਦੇਖਦੇ ਹੋ ਉਹਨਾਂ ਕੋਲ ਵੱਡਾ ਸਾਰਾ ਕੋਟਯਾਰਡ ਹੈ ਐਂਡ ਟਰੈਕਟਰ ਨੇ ਕਾਰਾਂ ਨੇ ਮਿੱਠੂ ਦੇ ਘਰ ਦੇ ਵਿੱਚ ਜਦੋਂ ਜੱਸੀ ਆਈ ਹੈ ਉਹਦੇ ਕੋ ਬਾਉਂਡਰੀ ਵਾਲ ਵੀ ਨਹੀਂ ਸੀ ਸੋ ਉਹਨਾਂ ਕੋਲ ਮੁਸ਼ਕਿਲ ਨਾਲ 4 ਏਕੜ ਲੈਂ ਸੀ ਕੋਟ ਵਿੱਚ ਲਿਖਿਆ ਹੋਇਆ ਕੋਟ ਦੀ ਡਾਕੂਮੈਂਟ ਸੀ ਇਜ਼ ਐਨ ਆਟੋ ਰਿਕਸ਼ਾ ਡਰਾਈਵਰ ਜੋ ਕਿ ਉਹ ਨਹੀਂ ਸੀਗਾ ਮਿੱਠੂ ਬਹੁਤ ਸਮਾਰਟ ਇੱਕ ਕਬੱਡੀ ਦਾ ਪਲੇਅਰ ਸੀਗਾ ਠੀਕ ਹੈ ਉਹ ਗਰੀਬ ਘਰ ਤੋਂ ਸੀ ਪਰ ਉਹ ਕਬੱਡੀ ਦੇ ਉਸ ਟਾਈਮ ਵੀ 3000 5000 ਉਸ ਨੂੰ ਇਨਾਮ ਮਿਲਦੇ ਸੀਗਾ ਜਿਸ ਦਿਨ ਉਹ ਜੱਸੀ ਨੂੰ ਪਹਿਲੀ ਵਾਰੀ ਮਿਲਿਆ ਉਸ ਦਿਨ ਉਹ 5000 ਰੁਪਏ ਦਾ ਇਨਾਮ ਲੈ ਕੇ ਆਇਆ ਹੋਇਆ ਸੀ ਇਹ ਕੇਸ ਐਦਾ ਕਮਾਲ ਦਾ ਕੇਸ ਹੈਗਾ ਕਿ ਇਹਦੇ ਵਿੱਚ ਇੱਕ ਪੁਲਿਸ ਵਾਲਾ ਕੌਨਟਰੈਕਟ ਕਿਲਰਸ ਦਾ ਲੀਡਰ ਹੈ ਜੋ ਉਸ ਦਿਨ ਨੂੰ ਮਾਰਿਆ ਸਾਰੀ ਪਲੈਨਿੰਗ ਉਸਦੀ ਸੀ ਉਹਨਾਂ ਦਾ ਪਲਾਨ ਸੀਗਾ ਕਿ ਅਸੀਂ ਮਿੱਠੂ ਨੂੰ ਮਾਰਾਂਗੇ ਤੇ ਜੱਸੀ ਨੂੰ ਕਿਡਨਾਪ ਕਰਕੇ ਉਹਨੂੰ ਵਾਪਸ ਉਹਦੇ ਘਰ ਦੇ ਹਵਾਲੇ ਕਰਾਂਗੇ ਹੋਇਆ ਕਿ ਜਦੋਂ ਮਿੱਠੂ ਨੂੰ ਉਹਨਾਂ ਨੇ ਮਾਰਿਆ ਉਹਨੂੰ ਕੱਟ ਦਿੱਤਾ ਉੱਥੇ ਫਰੋਂ ਉਹਨਾਂ ਨੇ ਸੋਚਿਆ ਕਿ ਮਰ ਗਿਆ ਤਾਂ ਜੱਸੀ ਨੂੰ ਹਵੇਲੀ ਵਿੱਚ ਲੈ ਗਏ ਜਿੱਥੇ ਉਹਨਾਂ ਨੇ ਬਾਅਦ ਚ ਉਹਨੂੰ ਕੁਰਸੀ ਨਾਲ ਬੰਨ ਕੇ ਮਾਰਿਆ ਤੇ ਜਦੋਂ ਉਹ ਵਾਪਸ ਆਏ ਤਾਂ ਮਿੱਠੂ ਤੇ ਸੀਨੇ ਵੀਕੋਜ਼ ਮਿੱਠੂ ਬਚ ਗਿਆ ਸੀ ਤੇ ਉਹਦੀ ਹਿੰਮਤ ਹੈ ਉਹਦ ਅੰਨੇ ਕੱਟੇ ਜਾਣ ਦੇ ਬਾਵਜੂਦ ਵੀ ਆਪਣੇ ਨੇੜੇ ਹੀ ਨਾਰੀਕੇ ਪਿੰਡ ਸੀਗਾ ਜਿੱਥੇ ਉਹ ਪੰਜ ਕੰਨੇ ਮਦਦ ਲਿੱਤੀ ਤੇ ਇਸ ਹਫੜਾ ਦਫਰੀ ਦੇ ਵਿੱਚ ਜੱਸੀ ਦੀ ਬਾਡੀ ਉਹ ਨਹਿਰ ਦੇ ਸਿੱਟਣ ਦੀ ਬਜਾਏ ਉਹਨਾਂ ਨੇ ਸੜਕ ਦੇ ਕਿਨਾਰੇ ਸਿੱਟ ਦਿੱਤੀ ਉਹ ਵੀ ਸੜਕ ਦੇ ਸੰਗਰੂਰ ਜ਼ਿਲ੍ਹੇ ਵਾਲੇ ਪਾਸ ਮਿੱਠੂ ਰਾਤ ਨੂੰ 12 ਵਜੇ ਪੀਸੀਓ ਤੇ ਜਾਂਦਾ ਹੈ ਜਗਰਾਉ 20 ਕਿਲੋਮੀਟਰ ਹੈਗਾ ਉੱਥੋਂ ਤੇ ਉਹ ਰਾਤ ਨੂੰ ਪੀਸੀਓ ਤੇ ਜੱਸੀ ਦਾ ਫੋਨ ਆਂਦਾ ਬਿਕੋਜ਼ ਮਿੱਠੂ ਉਹਨੂੰ ਗੱਲ ਨਹੀਂ ਕਰ ਸਕਦਾ ਪਰ ਉੱਥੇ ਦੁਖੀ ਵੀ ਹੋ ਰਿਹਾ ਕਿ ਕਾਸ਼ ਉਹਦੇ ਮੋਬਾਈਲ ਹੁੰਦੇ ਉਸ ਟਾਈਮ ਮੋਬਾਈਲ ਹੁੰਦੇ ਤਾਂ ਸ਼ਾਇਦ ਇਹਨਾਂ ਦਾ ਜਲਦੀ ਹੋ ਜਾਂਦਾ ਤੇ ਸ਼ਾਇਦ ਇਹ ਬਚ ਵੀ ਜਾਂਦੇ ਟੈਕਨੋਲੋਜੀ ਤੁਹਾਨੂੰ ਬਚਨ ਦੇ ਤੇ ਕਾਫੀ ਤਰੀਕੇ ਵੀ ਦੱਸਦੀ ਹੈਗੀ ਉਸ ਦੇ ਸਿਰ ਤੇ 21 ਟਾਂਕੇ ਲੱਗੇ ਸੀ ਜਦੋਂ ਤਲਵਾਰ ਲੱਗੀ ਉਸ ਨੂੰ ਕਾਫੀ ਵੱਡਾ ਸ਼ੌਕ ਲੱਗਿਆ ਉਸ ਦੀ ਉਂਗਲੀਆਂ ਵੀ ਉਹਨਾਂ ਨੇ ਕੱਟ ਦਿੱਤੇ ਸੀ ਉਹਦੀ ਆਤਮਾ ਹੀ ਇੰਨੀ ਸਟਰੋਂਗ ਹੈ ਜੋ ਹਜੇ ਤੱਕ ਉਹ ਚੱਲੇ ਜਾ ਰਿਹਾ ਹੈ ਹਜੇ ਵੀ ਉਹ ਜੇਲ੍ਹ ਚ ਹੈ 2.5 ਸਾਲ ਤੋਂ ਜੇਲ੍ਹ ਵਿੱਚ ਹੈ ਉਸ ਤੇ ਕਮਰਸ਼ੀਅਲ ਕੁਆਂਟੀਟੀ ਦੇ ਡਰੱਗਸ ਪકડੇ ਜਾਣ ਦਾ ਕੇਸ ਹੈਗਾ ਹੈ ਸੱਤਵਾਂ ਕੇਸ ਹੈ 6 ਵਿੱਚੋਂ ਬਰੀ ਹੋ ਚੁੱਕਾ ਮੈਨੂੰ ਉਮੀਦ ਹੈ ਉਹ ਇਸ ਕੇਸ ਵਿੱਚੋਂ ਵੀ ਬਰੀ ਹੋ ਜਾਏਗਾ ਉਹਨ ਮਿੱਠੂ ਦੀ ਲਾਈਫ ਸਿਰਫ ਜੱਸੀ ਦੀ ਯਾਦਾਂ ਨੇ ਔਰ ਉਹਦੀ ਲਾਈਫ ਵਿੱਚ ਕੁਝ ਸਤਿ ਸ੍ਰੀ ਅਕਾਲ ਜੀ ਤੁਹਾਡਾ ਅਨਕਟ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਹਰ ਵਾਰੀ ਤੁਹਾਨੂੰ ਕਿਸੇ ਨਾ ਕਿਸੇ ਸ਼ਖਸੀਅਤ ਤੇ ਨਾਲ ਮਿਲਵਾਨੇ ਆ ਪਰ ਅੱਜ ਜਿਹੜੀ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਉਹ ਬੜੀ ਵੱਖ ਹੋਏਗੀ ਪੰਜਾਬੀ ਸਾਹਿਤ ਪੜਿਆ ਹੋਵੇ ਤੇ ਕਿੱਸਾ ਕਾਵਨਾ ਪੜਿਆ ਹੋਵੇ ਇਹ ਕਿਵੇਂ ਹੋ ਸਕਦਾ ਹੈ ਕਿੱਸਾ ਕਾਵ ਦੇ ਬਿਨਾ ਪੰਜਾਬੀ ਸਾਹਿਤ ਬਿਲਕੁਲ ਹੀ ਅਧੂਰਾ ਹੈ ਚਾਹੇ ਅਸੀਂ ਗੱਲ ਸਸੀ ਪੁੰਨੂ ਦੀ ਕਰ ਲਈਏ ਸ਼੍ਰੀ ਫਰਹਾਦ ਦੀ ਕਰ ਲਈਏ ਹੀਰ ਰਾਂਝਾ ਦੀ ਕਰ ਲਈਏ ਜਾਂ ਫਿਰ ਮਿਰਜ਼ਾ ਸਾਹਿਬਾ ਦੀ ਕਰ ਲਈਏ ਪਰ ਗੱਲ ਸਿਰਫ ਇੰਨੀ ਕੀ ਨਹੀਂ ਹੈ ਸਾਰੇ ਕਿੱਸਿਆਂ ਦਾ ਜਿਹੜਾ ਅੰਤ ਹੈ ਉਹ ਦੁਖਾਂਤ ਪੜਾ ਹੈ ਤੇ ਇਸ ਦੇ ਨਾਲ ਪੰਜਾਬੀ ਲਿਟਰੇਚਰ ਪੰਜਾਬੀ ਸਾਹਿਤ ਇੱਕ ਪਾਸੇ ਜਿੱਥੇ ਰਿਚ ਹੁੰਦਾ ਹੈ ਅਮੀਰ ਹੁੰਦਾ ਹੈ ਦੂਜੇ ਪਾਸੇ ਉੱਥੇ ਹੀ ਇੱਕ ਚਿੰਗ ਜੇ ਛੜ ਜਾਂਦਾ ਹੈ ਵੀ ਹਰ ਵਾਰ ਪਿਆਰ ਕਰਨ ਵਾਲਿਆਂ ਨਾਲ ਐਵੇਂ ਕਿਉਂ ਹੁੰਦਾ ਹੈ ਮੁਹੱਬਤ ਦਾ ਜਿਹੜਾ ਜ਼ਿਆਦਾਤਰ ਕਿਸਿਆਂ ਦੇ ਵਿੱਚ ਦੱਸੀ ਗਈ ਹੈ ਅੰਤ ਜਿਹੜਾ ਦੁਖਾਂਤੀ ਕਿਉਂ ਹੁੰਦਾ ਹੈ ਹੁਣ ਜੇ ਅਸੀਂ ਗੱਲ ਕਰੀਏ ਮੈਨੂੰ ਗੱਲ ਕਿਉਂ ਕਰਨੀ ਪਈ ਗੱਲ ਬੜੀ ਹੀ ਜ਼ਰੂਰੀ ਹੈਗੀ ਹੈ ਔਰ ਗੱਲ ਬਹੁਤ ਅਹਿਮ ਹੈਗੀ ਹੈ ਜੂਨ 8 2000 ਦੀ ਗੱਲ ਹੈਗੀ ਹੈ ਉਹ ਦਿਨ ਐਸਾ ਚੜਿਆ ਸੀਗਾ ਜਿਹੜਾ ਕਿ ਜਦੋਂ ਮੁੱਕਿਆ ਦਿਨ ਤੇ ਅਖਬਾਰਾਂ ਦੀਆਂ ਸੁਰਖੀਆਂ ਬਦਲ ਗਈਆਂ ਜਸਸੀ ਔਰ ਮਿੱਠੂ ਦਾ ਬਹੁਤ ਲੰਬਾ ਇੱਕ ਆਨਰ ਕਿਲਿੰਗ ਦਾ ਕੇਸ ਸੀਗਾ ਉਸ ਕੇਸ ਦੇ ਵਿੱਚ ਕੀ ਕੁਝ ਹੋਇਆ ਉਸ ਤੇ ਇੱਕ ਕਿਤਾਬ ਲਿਖ ਛੱਡੀ ਇੱਕ ਰਾਈਟਰ ਨੇ जो कि एक जर्नलिस्ट ने पत्रकार ने और बहुत ही व्डी अखबार के राइटर भी ने जर्नलिस्ट भी ने पत्रकार ने स्पैशल कोरस्पोंडेंट ट्रिब्यून देने जोगिंदरजीत सिंह अज मेरे मेहमान ने स्वागत है तक की कहा मैं ती लिखती बुचर्ड फॉर लव okay. बहुत ही मैं तो, तो कल लेके गई सी मैं चाहती तो यही सभी कि गल मैं थे होर करा पर जो रात को मैं पढ़ती गई मेरी तबीयत बदल गई ਮੈਨੂੰ ਹੁਣ ਵੀ ਗੁੱਸਬਾ ਆ ਰਿਹਾ ਹੈ ਜਦੋਂ ਮੈਂ ਗੱਲ ਕਰ ਰਹੀ ਹਾਂ ਨਸਾਂ ਖਿੱਚੀਆਂ ਜਾ ਰਹੀਆਂ ਮੈਂ ਕਦੀ ਵੀ ਇੰਨੀ ਨਰਵਸ ਨਹੀਂ ਸੀ ਕਿਸੇ ਇੰਟਰਵਿਊ ਨੂੰ ਕਰਨ ਲਈ ਜਿੰਨਾ ਮੈਂ ਅੱਜ ਮਾਈ ਗਾਡ ਇੱਕ ਤਿਆਰ ਕਰਕੇ ਕਿ ਮੇਰੇ ਦੋਸਤ ਬੈਠੇ ਨੇ ਮੇਰੇ ਨਾਲ ਜਿਹੜੇ ਮੇਰੇ ਕਲਾਸ ਫੈਲੋ ਹੀ ਸੀਗੇ ਕਦੀ ਜੀ ਪਰ ਦੂਸਰੇ ਪਾਸੇ ਜਿਹੜੀ ਬੁੱਕ ਲਿਖੀ ਹੈ ਔਰ 22 ਸਾਲ ਐਸਤੇ ਨਾਲ ਤੁਸੀਂ ਕੱਟੇ ਕਿਵੇਂ ਇਸ ਕੇਸ ਨੂੰ ਫੋਲੋ ਕਰਦੇ ਹੋਏ ਤੁਸੀਂ ਇਹਦਾ ਪਾਰਟ ਵੀ ਰਹੇ ਮੋਨੋਲੋਗ ਵਾਸਤੇ ਮੈਂ ਦੇਖਿਆ ਹਰ ਇੱਕ ਕੈਰੈਕਟਰ ਚ ਤੁਸੀਂ ਜੀ ਕੇ ਖੁਦ ਇਸ ਨੂੰ ਸਿ ਪੂਰੀ ਇੱਕ ਉਸਾਰਿਆ ਬਿਲਕੁਲ ਬਿੰਦੂ ਜੀ ਯਸ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ 22 ਸਾਲ ਹੋ ਗਏ ਨੇ ਇਸ ਨੂੰ ਤੇ ਹਜੇ ਵੀ ਜਿਹੜਾ ਦਰਦ ਹੈ ਜੱਸੀ ਦਾ ਜਿਹੜਾ ਦਰਦ ਹੈ ਤੇ ਜੋ ਮਿੱਠੂ ਦਰਦ ਭੁਗਤ ਰਿਹਾ ਹੈਗਾ ਉਹ ਬਿਲਕੁਲ ਤਾਜ਼ਾ ਹੈ ਹਜੇ ਵੀ ਉਨਾ ਹੀ ਚੁਬਦਾ ਹੈ ਜਿੰਨਾ ਉਹ ਪਹਿਲੇ ਦਿਨ ਚੁਬਿਆ ਸੀਗਾ ਤੇ ਤੁਸੀਂ ਇਹ ਵੀ ਠੀਕ ਹੈ ਵਿੱਚ ਮੇਰਾ ਮੋਨੋਲੋਗ ਹੈ ਮੈਂ ਵੀ ਇਸ ਕਿਤਾਬ ਦਾ ਇੱਕ ਪਾਤਰ ਹੈਗਾ ਉਹ ਮੈਨੂੰ ਪਾਤਰ ਬਣਨਾ ਪਿਆ ਕੌਜ਼ ਕਾਫੀ ਸਿਆਣੀ ਚੀਜ਼ਾਂ ਸੀਗੀਆਂ ਜੋ ਮੈਂ ਹੀ ਕਹਿ ਸਕਦਾ ਸੀਗਾ ਤੇ ਕਹਾਣੀ ਨੂੰ ਲਿਖਦੇ ਲਿਖਦੇ ਜਰਨਲਿਸਟ ਬਹੁਤ ਕਹਾਣੀਆਂ ਲਿਖਦੇ ਨੇ ਆਪਾਂ ਡੇਲੀ ਔਨ ਐਨ ਐਵਰੇਜ 5-6 ਫਾਈਲਾਂ ਆਪਾਂ ਕਰਦੇ ਹੈਗੀਆਂ ਨਿਊਜ਼ ਪਰ ਕੁਝ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਤੁਹਾਡੀ ਆਤਮਾ ਲੱਗ ਜਾਂਦੀ ਹੈ ਤੇ ਤੁਸੀਂ ਉਹਨਾਂ ਨੂੰ ਲਿਖਦੇ ਜਾਂਦੇ ਹੋ ਲਿਖਦੇ ਜਾਂਦੇ ਹੋ ਤੋਂ ਜਸੀ ਔਨਰ ਕਿਲਿੰਗ ਜਿਹੜਾ ਕੇਸ ਹੈ ਉਹ 22 ਸਾਲ ਤੋਂ ਮੈਂ ਲਿਖ ਰਿਹਾ ਤੇ ਮੈਂ 100 ਤੋਂ ਬਾਅਦ ਇਸਤੇ ਨਿਊਜ਼ ਆਰਟੀਕਲਸ ਕਰ ਚੁੱਕਾ ਮੈਨੂੰ ਲੱਗਦਾ ਹੈ ਕਿ ਆਲਮੋਸਟ ਹਰ ਐਂਗਲ ਜੋ ਇਸ ਦਾ ਹਰ ਡਵੈਲਪਮੈਂਟ ਹਰ ਐਂਗਲ ਇਸ ਕੇਸ ਦਾ ਮੈਂ ਰਿਪੋਰਟ ਜ਼ਰੂਰ ਕੀਤਾ ਹੈਗਾ। ਹੂੰ। ਤੋ ਜੇ ਮੇਰੇ ਤੋਂ ਕੋਈ ਮਿਸ ਹੋ ਗਿਆ ਤਾਂ ਮੈਂ ਅਗਲੇ ਦਿਨ ਜ਼ਰੂਰ ਕੀਤਾ ਹੈਗਾ। ਜੀ। ਸੋ ਹਰ ਕੈਰੈਕਟਰ ਨੂੰ ਮੈਂ ਮਿਲਿਆ ਹੈਗਾ। ਆਫ ਕੋਰਸ ਮੈਂ ਜਸੀ ਨੂੰ ਤਾਂ ਨਹੀਂ ਸੀ ਮਿਲਿਆ। ਜੀ। ਤੇ ਪਰ ਮਿੱਠੂ ਜਿਸ ਤੇ ਉੱਤੇ ਐਨੇ ਝੂਠੇ ਕੇਸ ਪਏ ਨੇ ਹਜੇ ਵੀ ਉਹ ਜੇਲ ਵਿੱਚ ਹੈ। ਹੂੰ। ਹਜੇ ਵੀ ਉਹ ਲੜਾਈ ਲੜ ਰਿਹਾ ਹੈ। ਹੂੰ। ਉਸਨੇ ਝੂਠੇ ਕੇਸ ਸਹੇ ਨੇ ਟੌਰਚਰ ਸਹਿਆ ਹੈਗਾ ਉਹਦੇ ਪਰਿਵਾਰ ਨੇ ਬਹੁਤ ਥ੍ਰੈਟ ਸਹੇ ਨੇ ਪਰ ਉਹ ਵਿਕੇ ਨਹੀਂ ਹੂੰ ਸਭ ਤੋਂ ਵੱਡੀ ਗੱਲ ਹੈ ਕਿ ਉਹ ਵਿਕੇ ਨਹੀਂ ਹੂੰ ਸੋ ਅਸੀਂ ਉਹਨਾਂ ਦੇ ਨਾਲ ਜੁੜੇ ਆ ਮੈਂ ਹਾਂ ਜਿਹੜੇ ਐਸਪੀ ਸੌਰਨਜੀਤ ਨੇ ਜਿਹੜੇ ਆਈਓ ਸੀਗੇ ਇਨਸਪੈਕਟਰ ਸੀਗੇ ਡਿਟੈਕਟਿਵ ਸੀਗੇ ਹਾਂਜੀ ਜਿਹੜਾ ਉਹਨਾਂ ਨੇ ਸੋਲਵ ਕੀਤਾ ਜਤਿੰਦਰ ਆਲਰ ਕੈਸ ਐਸਪੀ ਉਹਨਾਂ ਨੇ ਬੜਾ ਕੀਤਾ ਏਐਸ ਰਾਏ ਉਹਨਾਂ ਨੇ ਐਕਸਟਰੈਡੀਸ਼ਨ ਚ ਬੜੀ ਹੈਲਪ ਕੀਤੀ ਇਹਦੇ ਵਿੱਚ ਜਸਕਰਨ ਸਿੰਘ ਜੀ ਜਿਹੜੇ ਐਸਐਸਪੀ ਸੋ ਸੋ ਇਸ ਕੇਸ ਦੇ ਵਿੱਚ ਬਹੁਤ ਜ਼ਿਆਦਾ ਲੇਅਰਸ ਨੇ ਇਹਦੇ ਵਿੱਚ ਤੋਂ ਇਸ ਕਰਕੇ ਔਰ ਉਹਨਾਂ ਲੇਅਰਸ ਨੂੰ ਬਹੁਤ ਹੀ ਮੈਂ ਦੇਖ ਰਹੀ ਹਾਂ ਕਿ ਬਰੀਕੀ ਦੇ ਨਾਲ ਤੁਸੀਂ ਇਸ ਬੁੱਕ ਦੇ ਵਿੱਚ ਚੈਪਟਰ ਵਾਈਜ਼ ਇੱਕ ਇੱਕ ਕਰਕੇ ਤੁਸੀਂ ਗੱਲ ਕੀਤੀ ਔਰ ਮੈਂ ਹਰਾਨ ਸੀ ਕਿ ਸੱਚ ਕਲ ਕਹਾਤੇ ਮੈਂ ਤੁਹਾਡੇ ਬਾਕੀ ਬੁੱਕਸ ਦੀ ਗੱਲ ਕਰਨਾ ਚਾਹਦੀ ਸੀ ਤੁਸੀਂ ਭਗਤ ਸਿੰਘ ਦੀ ਪਿਸਤੌਲ ਲੱਭੀ ਉਸ ਬੁੱਕ ਤੇ ਤੁਸੀਂ ਕੰਮ ਕੀਤਾ ਪਰ ਮੈਨੂੰ ਇਹਦਾ ਅਲੱਗ-ਅਲੱਗ ਇੱਕ-ਇੱਕ ਨੂੰ ਤੁਸੀਂ ਚੈਪਟਰ ਵਾਈਜ਼ ਜਿਵੇਂ ਸਵਰਨ ਸਿੰਘ ਦਾ ਡਿਟੈਕਟਿਵ ਉਹਨਾਂ ਦਾ ਜਿਹੜਾ ਪੂਰਾ ਦਾ ਪੂਰਾ ਡਾਇਲੋਗ ਜੋ ਵੀ ਉਹ ਮਤਲਬ ਕਿ ਸੋਚ ਰਹੇ ਨੇ ਡਾਇਲੋਗ ਤਾਂ ਨਹੀਂ ਕਹਿ ਸਕਦੇ ਸਾਰੇ ਮੋٹے ਤੌਰ ਤੇ ਮੋਨੋਲੋਗ ਨੇ ਜਾਂ ਤੁਸੀਂ ਉਹਨੂੰ ਕੈਰੇਕਟਰਾਇਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਇਹਦੇ ਵਿੱਚ ਬੜੀ ਜਿਹੜੀ ਸਭ ਤੋਂ ਇੰਟਰਸਟਿੰਗ ਚੀਜ਼ ਮੈਨੂੰ ਔਰ ਬੜੀ ਦੁੱਖ ਵਾਲੀ ਚੀਜ਼ ਲੱਗੀ ਹੈ ਅਗਲੇ ਹੀ ਮਹੀਨੇ 8 ਮਾਰਚ ਨੂੰ ਇੰਟਰਨੈਸ਼ਨਲ ਵੁਮਨਸ ਡੇ ਆ ਰਿਹਾ ਹੈ ਜੀ ਔਰਤਾਂ ਦੇ ਹੱਕਾਂ ਹਕੂਕਾਂ ਦੀ ਗੱਲ ਵੀ ਹੁੰਦੀ ਹੈ ਉਹਨਾਂ ਦੀ ਜਾਜਾਕਾਰ ਦੀ ਗੱਲ ਵੀ ਉਸ ਦਿਨ ਕੀਤੀ ਜਾਂਦੀ ਹੈ 빙ਾ ਜਰਨਲਿਸਟ ਅਸੀਂ ਵੀ ਬਹੁਤ ਕੁਝ ਉੱਤੇ ਲਿਖਦੇ ਹਾਂ ਇੱਥੇ ਇੱਕ ਮਾਂ ਹੈਗੀ ਹੈ ਇੰਨੀ ਬਰੂਟਲ ਮਾਂ ਕਿਵੇਂ ਹੋ ਸਕਦੀ ਹੈ ਜਿਹੜੀ ਕਹਿੰਦੀ ਹੈ ਕਿ ਉਹਨੂੰ ਮਾਰ ਦੋ ਕੋਈ ਗੱਲ ਨਹੀਂ ਜਾਂ ਤਾਂ ਉਹਨੂੰ ਵਾਪਸ ਲਿਆਓ ਜੋ ਡਿਨਾਈ ਕਰਦੀ ਹੈ ਤਾਂ ਉਹ ਤੁਹਾਡੇ ਹਵਾਲੇ ਹੈ ਕਲਪਰੇਟਸ ਜਿਹੜੇ ਨੇ ਉਹਨਾਂ ਨੂੰ ਕਹਿੰਦੀ ਹੈ ਤੁਹਾਡੇ ਹਵਾਲੇ ਹੈ ਤੁਸੀਂ ਕੁਝ ਵੀ ਕਰੋ ਇਟਸ ਫਾਰ ਯੂ ਸ਼ੀ ਵਾਸ ਸ਼ੀ ਇਜ਼ ਫਾਰ ਯੂ ਹਾਂਜੀ ਸਭ ਤੋਂ ਦਰਦਨਾਕ ਹਿੱਸਾ ਤੇ ਹੀ ਹੈ ਕਿ ਇੱਕ ਮਦਰ ਨੇ ਜੋ ਕਿ ਬੱਚਿਆਂ ਨੂੰ ਬਚਾਉਣ ਦੇ ਲਈ ਕਿਸੇ ਨਾਲ ਵੀ ਲੜ ਸਕਦੀ ਹੈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ ਉਸੇ ਨੇ ਆਪਣੇ ਬੱਚੇ ਨੂੰ ਮਾਰਨ ਦੇ ਹੁਕਮ ਦਿੱਤੇ ਨੇ ਉਸੇ ਨੇ ਕੰਟਰੈਕਟ ਕਿਲਰ ਕੀਤੇ ਸੀਗੇ ਜੋ ਵੀ ਕੇਸ ਇਨਵੈਸਟੀਗੇਸ਼ਨ ਦੇ ਸਾਹਮਣੇ ਨਾਲ ਹੈ ਅਤੇ ਇਸ ਗੱਲ ਨੂੰ ਕੈਨੇਡੀਅਨ ਗਵਰਨਮੈਂਟ ਨੇ ਵੀ ਅਪਰੂਵ ਕੀਤਾ ਤਾਂ ਹੀ ਉਹਨਾਂ ਦੀ ਐਕਸੈਲੇਰੇਸ਼ਨ ਹੋਈ ਹੈ ਪਰ ਜੱਸੀ ਨੂੰ ਜੱਸੀ ਦੀ ਜਿਹੜੀ ਕਹਾਣੀ ਸਿਰਫ ਇਹ ਨਹੀਂ ਹੈਗੀ ਕਿ ਉਸ ਨੂੰ ਮਾਰਿਆ ਗਿਆ ਉਹਦੀ ਇਹ ਕਹਾਣੀ ਕਿ ਉਸ ਨੂੰ ਕਿਵੇਂ ਮਾਰਿਆ ਗਿਆ ਹਾਂ ਤੁਸੀਂ ਜੇ ਮੈਂ ਮੈਂ ਉਹਦੀ ਪੋਸਟਮਾਰਟਮ ਰਿਪੋਰਟ ਨੂੰ ਪੜ੍ਹ ਕੇ ਮੈਨੂੰ 3 ਦਿਨ ਲੱਗੇ ਇੱਕ ਪੈਰਾ ਲਿਖਣ ਨੂੰ ਉਸ ਨੂੰ ਡਿਸਕ੍ਰਾਈਬ ਕਰਨ ਨੂੰ ਕਿ ਉਸ ਨੂੰ ਕਿਵੇਂ ਮਾਰਿਆ ਗਿਆ ਤੇ ਮੇਰੀ ਪਬਲਿਸ਼ਰ ਨਾਲ ਮੇਰੇ ਫਰੈਂਡਸ ਨਾਲ ਬਹੁਤ ਚਰਚਾ ਹੋਈ ਕਿ ਮੈਂ ਇਸ ਨੂੰ ਬੈਕ ਕਵਰ ਤੇ ਪਾਇਆ ਆਪਣੀ ਬੁੱਕ ਤੇ ਹਾਂ ਤੇ ਉਹਦੇ ਬਾਰੇ ਅਸੀਂ ਬਹੁਤ ਸੋਚਿਆ ਕਿ ਅਸੀਂ ਇੱਕ ਬਹੁਤ ਹੀ ਗੋਰੀ ਚੀਜ਼ ਨੂੰ ਬਹੁਤ ਹੀ ਦਿਲ ਦਹਿਲਾਉਣ ਵਾਲੀ ਚੀਜ਼ ਨੂੰ ਲਿਖ ਰਹੇ ਹਾਂ ਸੋ ਕੀ ਅਸੀਂ ਰੀਡਰ ਨੂੰ ਪਰੇਸ਼ਾਨ ਕਰ ਰਹੇ ਹਾਂ ਹੋ ਸਕਦਾ ਬਹੁਤ ਸਾਰੇ ਲੋਕ ਸਿਰਫ ਇਹ ਪੈਰਾ ਪੜ੍ਹ ਕੇ ਮੇਰੀ ਕਿਤਾਬ ਨਾ ਖਰੀਦਣ ਕਿਉਂਕਿ ਇਹ ਬਹੁਤ ਦਰਦਨਾਕ ਹੈ ਪਰ ਇਹ ਜੱਸੀ ਦੀ ਸੱਚਾਈ ਹੈ ਮੈਂ ਇਸ ਨੂੰ ਛੁਪਾ ਨਹੀਂ ਸਕਦਾ ਜੀ ਹਾਂ ਜੱਸੀ ਤੇ ਮਿੱਠੂ ਦੇ ਬੜੇ ਅੱਛੇ ਰੋਮਾਂਟਿਕ ਪਲ ਵੀ ਸੀਗੇ ਬੜੇ ਪਿਆਰ ਭਰੇ ਪਲ ਨੇ ਬੜਿਆ ਉਹਨਾਂ ਦੀ সুইਟ ਨਾਥਿੰਗਸ ਦੀ ਕਹਾਣੀ ਹੈਗੀ ਹੈ ਇਨੋਸੈਂਸ ਹੈਗੀ ਹੈ ਦੋਵਾਂ ਦੇ ਵਿੱਚ ਤੇ ਉਹ ਉਹ ਵੀ ਮੈਂ ਕਿਤਾਬ ਦੇ ਵਿੱਚ ਲਿਖਿਆ ਹੈ ਪਰ ਜੱਸੀ ਨੂੰ ਜਿਵੇਂ ਉਹਨਾਂ ਨੇ ਮਾਰਿਆ ਉਹਨਾਂ ਨੇ ਉਸ ਦਾ ਫੇਸ ਸੈਂਟਰ ਚੋਂ ਕੱਟਿਆ ਹਾਂ ਉਹਨਾਂ ਨੇ ਉਹਦੇ ਚੈਸਟ ਦੇ ਉੱਤੋਂ ਕੱਟਿਆ ਤੇ ਫਿਰ ਉਹਨਾਂ ਨੇ ਉਸ ਦਾ ਗਲਾ ਸਲਿੱਟ ਕੀਤਾ ਤੇ ਬਹੁਤ ਸਾਰੇ ਬਰੂਜ਼ਿਸ ਸੀਗੇ ਬਹੁਤ ਸਾਰੇ ਕੱਟ ਸੀਗੇ ਜਦੋਂ ਤੁਹਾਡਾ ਗਲਾ ਕੱਟਿਆ ਜਾਂਦਾ ਹੈ ਤੇ ਤੁਸੀਂ ਬਹੁਤ ਜ਼ਿਆਦਾ ਚੀਕਣਾ ਚਾਹੁੰਦੇ ਹੋ ਪਰ ਤੁਸੀਂ ਚੀਕ ਨਹੀਂ ਸਕਦੇ ਕਿਉਂਕਿ ਤੁਹਾਡੇ ਲਾੜੀਆਂ ਵਿੱਚ ਖੂਨ ਚਲੇ ਜਾਂਦਾ ਤੁਸੀਂ ਸਾਹ ਵੀ ਨਹੀਂ ਲੈ ਸਕਦੇ ਬਹੁਤ ਦਰਦਨਾਕ ਮੌਕਾ ਹੁੰਦਾ ਜੋ ਜੱਸੀ ਨੇ ਸਹੀ ਪਰ ਉਸਨੇ ਉਹ ਚੁੱਕੀ ਨਹੀਂ ਉਹ ਡਿਫਾਈਂਡ ਸੀਗੀ ਤੇ ਜੱਸੀ ਦਾ ਜਿਵੇਂ ਤੁਸੀਂ ਵਿਮਨਡੇ ਦੀ ਗੱਲ ਕੀਤਾ ਇਹ ਬੜੇ ਉਪਚਾਰਿਕ ਦਿਨ ਨੇ ਉਸ ਦਿਨ ਵੱਡੇ ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਪਰ ਇਹਦੇ ਵਿੱਚ ਜੱਸੀ ਦਾ ਦੋਸ਼ ਕੀ ਸੀਗਾ ਸਿਰਫ ਇਹੀ ਕਿ ਉਸਨੇ ਆਪਣੇ ਲਾਈਫ ਪਾਰਟਨਰ ਨੂੰ ਚੂਜ਼ ਕਰਨ ਦੀ ਹਿੰਮਤ ਕੀਤੀ ਸੀ ਹੂੰ ਸਿਰਫ ਇਹੀ ਦੋਸ਼ ਸੀਗਾ ਸੋ ਕੀ ਪਿਆਰ ਕਰਨਾ ਕੀ ਆਪਣੇ ਲਾਈਫ ਪਾਰਟਨਰ ਨੂੰ ਚੂਜ਼ ਕਰਨਾ ਇੰਨਾ ਵੱਡਾ ਤੁਹਾਡਾ ਦੋਸ਼ ਹੈ ਕਿ ਤੁਹਾਨੂੰ ਐਡੀ ਬੁਰੀ ਤਰ੍ਹਾਂ ਮਾਰਿਆ ਜਾਏ ਤੁਸੀਂ ਬਹੁਤ ਜੁੜੇ ਰਹੇ ਹੋ ਤਾਂ ਕਰਕੇ ਮੈਂ ਤੁਹਾਰ ਤੋਂ ਪੁੱਛਣਾ ਚਾਹਾਂਗੀ ਜਿਸ ਤਰ੍ਹਾਂ ਤੁਸੀਂ ਇੱਕ ਚੀਜ਼ ਮੈਂਸ਼ਨ ਕੀਤੀ ਹੈ ਡੈਫੀਨਿਟਲੀ ਮੈਨੂੰ ਲੱਗ ਰਿਹਾ ਤੁਸੀਂ ਜਦ ਕਿ ਆਪਣੇ ਸ਼ੁਰੂਆਤੀ ਦੌਰ ਚ ਲਿਖਿਆ ਕਿ ਇਹ ਜਿਹੜੀ ਬੁੱਕ ਹੈਗੀ ਹੈ ਇਹਦੇ ਵਿੱਚ ਮੈਂ ਇਹਨੂੰ ਥੋੜਾ ਇੰਟਰਸਟਿੰਗ ਬਣਾਉਣ ਵਾਸਤੇ ਥੋੜਾ ਇਹਨੂੰ ਕਹਿ ਸਕਦੇ ਹਾਂ ਕਿ ਡਰਾਮਟਾਈਜ਼ ਡਰਾਮਟਾਈਜ਼ ਵੀ ਕੀਤਾ ਹੈਗਾ ਪਰ ਬਾਵਜੂਦ ਉਸ ਤੇ ਲੱਗਦਾ ਨਹੀਂ ਜਦੋਂ ਪੜਨ ਜਾਓ ਜਦੋਂ ਤੁਸੀਂ ਅੱਗੇ-ਅੱਗੇ ਜਾਂਦੇ ਹੋ ਤਾਂ ਲੱਗਦਾ ਨਹੀਂ ਹੈ ਕਿ ਡਰਾਮਟਾਈਜ਼ ਮੈਨੂੰ 12 ਵਜੇ ਇੱਕ ਵਾਰੀ ਸਟਾਪ ਕਰਨਾ ਪਿਆ ਆਪਣੇ ਆਪ ਨੂੰ ਔਰ ਮੈਨੂੰ ਉ ਔਰ ਦੋ ਸਟੋਲਸ ਕਰਕੇ ਫਿਰ ਦੁਬਾਰਾ ਤੋਂ ਮੈਨੂੰ ਬੈਠਣਾ ਪਿਆ ਕਿਉਂਕਿ ਅੱਜ ਮੈਂ ਤੁਹਾਣਾ ਇੰਟਰਵਿਊ ਵੀ ਕਰਨੀ ਸੀ ਇਸ ਕਰਕੇ ਮੈਨੂੰ ਮਤਲਬ ਕਿ ਜੋ ਟੇਕ ਲੈਣਾ ਪਿਆ ਆਈ ਵਾਸ ਸ਼ੇਕਿੰਗ ਲਾਈਕ ਐਨੀਥਿੰਗ ਔਰ ਖਾਸ ਕਰਕੇ ਉਹ ਬੜੀ ਪਿਆਰੀ ਚੀਜ਼ ਉਹਨੇ ਕੰਫੀਡੈਂਸ਼ੀਅਲ ਕਿਹਾ ਸੀ ਕਿ ਮੈਂ ਕੈਨੇਡਾ ਰਹਿੰਦੀ ਆ ਔਰ ਕੈਨੇਡਾ ਜਿਹੜਾ ਹੈਗਾ ਉੱਥੇ ਤਾਂ ਐਵੇਂ ਦਾ ਕਲਚਰ ਨਹੀਂ ਹੁੰਦਾ ਜਦਕਿ ਮਿੱਠੂ ਨੇ ਉਹਨੂੰ ਕਿਹਾ ਸੀਗਾ ਕਿ ਪਿੰਡ ਹੈ ਪਿੰਡ ਦੇ ਵਿੱਚ ਇਸ ਤਰੀਕੇ ਦੇ ਨਾਲ ਤੂੰ ਬਹੁਤ ਅਮੀਰ ਇੱਕ ਜ਼ਿੰਮੇਦਾਰ ਦੀ ਦੀ ਰਿਸ਼ਤੇਦਾਰ ਹੈਗੀ ਆ ਔਰ ਮੈਂ ਬਹੁਤ ਛੋਟਾ ਕਿਸਾਨ ਹੈਗਾ ਕਿਸ ਤਰੀਕੇ ਦੇ ਨਾਲ ਮੈਂ ਆ ਸਾਡਾ ਰਿਸ਼ਤਾ ਜਾਂ ਤੂੰ ਫਾਰਵਰਡ ਹੋ ਰਹੀਆਂ ਹੈ ਜਾਂ ਆਪਣੇ ਜਿਹੜੇ ਇਨੀਸ਼ੀਏਟ ਕਰ ਰਹੀਆਂ ਉਹ ਕਿਵੇਂ 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 ਫਲੇਗਾ ਤੁਸੀਂ ਬਹੁਤ ਜੁੜੇ ਰਹੇ ਹੋ ਔਰ ਤੁਸੀਂ ਲਿਖੀ ਹੈ ਤਾਂ ਮੈਂ ਤੁਹਾਡ ਤੋਂ ਪੁੱਛਣ ਦੀ ਹਿੰਮਤ ਕਰ ਰਹੀ ਆ ਕਿ ਉੱਥੇ ਚਲੇ ਕੇ ਸਾਡੇ ਪੰਜਾਬੀ ਜਾਂ ਅਸੀਂ ਚਲੇ ਗਏ ਔਰ ਆਪਣੇ ਆਪ ਨੂੰ ਬਹੁਤ ਮਾਡਰਨ ਕਹਿਨੇ ਆ ਸੀ ਆਪਣੇ ਲੁਕਸ ਚ ਆਪਣੇ ਕ ਆਪਣੇ ਕੰਮਕਾਜ ਦੇ ਵਿੱਚ ਜਾਂ ਫਿਰ ਅਸੀਂ ਕਹਿੰਦੇ ਆ ਕਪੜੇ ਬਦਲ ਲਿਆ ਸੀ ਦਿਮਾਗ ਨਹੀਂ ਬਦਲ ਸਕੇ ਹਾਂਜੀ ਬਿਲਕੁਲ ਜੱਸੀ ਬਹੁਤ ਬੋਲਡ ਸੀਗੀ ਇਨਫੈਕਟ ਜੱਸੀ ਨੇ ਹੀ ਮਿੱਠੂ ਨੂੰ ਪਿਆਰ ਦਾ ਇਜ਼ਹਾਰ ਪਹਿਲਾਂ ਕੀਤਾ ਸੀ ਜੱਸੀ ਸੀ ਜੋ ਮਿੱਠੂ ਕੋਲ ਆਂਦੀ ਸੀ ਤੇ ਮਿੱਠੂ ਨੂੰ ਮੈਂ ਇਹ ਨਹੀਂ ਕਵਾਂਗਾ ਕਿ ਮਿੱਠੂ ਬਹੁਤ ਕੌਨਸ਼ੀਅਸ ਸੀਗਾ ਪਿੰਡ ਦੇ ਕਿਉਂਕਿ ਦੋਵੇਂ ਇੱਕ ਪਿੰਡ ਨੂੰ ਬਿਲੋਂਗ ਕਰਦੇ ਨੇ ਦੋਵੇਂ ਸਿੱਧੂ ਕਲੈਨ ਨੂੰ ਬਿਲੋਂਗ ਕਰਦੇ ਨੇ ਤੇ ਕੀ ਉਹਨਾਂ ਦਾ ਵਿਆਹ ਹੋ ਸਕਦਾ ਸੀ ਕਿ ਨਹੀਂ ਇਸ ਤੇ ਇਸ ਦੇ ਬਹੁਤ ਡਿਬੇਟ ਦਾ ਮਸਲਾ ਹੈ ਪਰ ਹਾਂ ਜੱਸੀ ਕੈਨੇਡਾ ਵਿੱਚ ਪੜ੍ਹੀ ਲਿਖੀ ਸੀ ਉੱਥੇ ਹੀ ਉਹ ਵੱਡੀ ਹੋਈ ਇਸ ਕਰਕੇ ਉਹਦਾ ਜਿਹੜਾ ਕਲਚਰ ਸੀਗਾ ਉਹ ਕਲਚਰ ਇੱਕ ਮੈਟਰੋਪੋਲੀਟਨ ਕਲਚਰ ਸੀਗਾ ਉਹ ਇੱਕ ਵਰਲਡ view ਵਾਲਾ ਕਲਚਰ ਸੀਗਾ ਪੋਇਸ ਗੱਲ ਨੂੰ ਨਹੀਂ ਸੀ ਸਮਝਦੀ ਜਾਤ ਪਾਤ ਉਹਦੇ ਲਈ ਸੋਸ਼ਲ ਇਕਨੋਮਿਕ ਬੈਰੀਅਰ ਨਹੀਂ ਸੀਗੇ ਇਹ ਜੱਸੀ ਕੌਕੇ ਖੋਸਾਂ ਤੋਂ ਉਹਦੇ ਮਦਰ ਹੈਗੇ ਨੇ ਜਗਰਾਉਂ ਦੇ ਕੋਲ ਪਿੰਡ ਹੈ ਤੇ ਉੱਥੇ ਉਹਨਾਂ ਦੇ ਜੱਸੀ ਦੇ ਮਾਮੇ ਦੀ ਹਵੇਲੀ ਹੈ ਸੁਰਜੀਤ ਸਿੰਘ ਵਿਦੇਸ਼ਾ ਦੀ ਉਸ ਹਵੇਲੀ ਦੇ ਪਿੱਛੇ ਇੱਕ ਖੇਤ ਛੱਡ ਕੇ ਮਿੱਠੂ ਦਾ ਦੋ ਕਮਰਿਆਂ ਦਾ ਘਰ ਹੈ ਉਹ ਮਿੱਠੂ ਤੇ ਉਹਨਾਂ ਦੇ ਵਿੱਚ ਇੰਨਾ ਫਰਕ ਹੈ ਕਿ ਉਹਨਾਂ ਦੀ ਪੂਰੀ ਹਵੇਲੀ ਹੈ ਜੋ ਤੁਸੀਂ ਫਿਲਮਾਂ 'ਚ ਪੰਜਾਬੀ ਹਵੇਲੀ ਦੇਖਦੇ ਹੋ ਉਹਨਾਂ ਕੋਲ ਵੱਡਾ ਸਾਰਾ ਕੋਟਯਾਰਡ ਐ ਐਂਡ ਟਰੈਕਟਰ ਨੇ ਕਾਰਾਂ ਨੇ ਮਿੱਠੂ ਦੇ ਘਰ ਦੇ ਵਿੱਚ ਜਦੋਂ ਜੱਸੀ ਆਈ ਐ ਉਹਦੇ ਕੋਲ ਬਾਉਂਡਰੀ ਵਾਲ ਵੀ ਨਹੀਂ ਸੀਗੀ ਸੋ ਉਹਨਾਂ ਕੋਲ ਮੁਸ਼ਕਿਲ ਨਾਲ 4 ਏਕੜ ਲੈਂਡ ਸੀ ਸੋ ਇਹ ਜਿਹੜਾ ਸੋਸ਼ੀਅਲ ਇਕਨੋਮਿਕ ਬੈਰੀਅਰ ਐ ਇਸ ਨੂੰ ਜੱਸੀ ਤੇ ਮਿੱਠੂ ਨੇ ਤਾਂ ਕ੍ਰੋਸ ਕਰਨ ਦੀ ਕੋਸ਼ਿਸ਼ ਕੀਤੀ ਕਰ ਵੀ ਲਿਆ ਜਦੋਂ ਉਹਨਾਂ ਨੇ ਵਿਆਹ ਕਰਵਾਇਆ ਵਿਆਹ ਤੋਂ ਪਹਿਲਾਂ ਉਹਨਾਂ ਦੇ 4 ਸਾਲ ਉਹਨਾਂ ਦੀ ਕੋਟਸ਼ਿਪ ਚੱਲੀ ਉਹ ਇੱਕ ਦੂਜੇ ਨੂੰ ਕੈਨੇਡਾ ਤੋਂ ਇੱਧਰ ਇੱਕ ਦੂਜੇ ਨੂੰ ਚਿੱਠੀਆਂ ਲਿਖਦੇ ਸੀਗੇ ਮੈਂ ਉਹਨਾਂ ਦੀ 256 ਜਸੀ ਦੀਆਂ ਚਿੱਠੀਆਂ ਪੰਜਾਬੀ ਤੋਂ ਇੰਗਲਿਸ਼ ਵਿੱਚ ਟ੍ਰਾਂਸਲੇਟ ਕੀਤੀਆਂ ਨੇ ਉਸ ਨੂੰ ਸਮਝਣ ਨੂੰ ਤੇ ਉਸ ਲੜਕੀ ਦਾ ਇੰਨਾ ਪਿਆਰ ਹੈ ਉਹ ਕਿਤੇ ਗੁਲਾਬ ਦਾ ਫੁੱਲ ਬਣਾ ਰਹੀ ਹੈ ਕਿਤੇ ਉਹ ਉੱਡਦੇ ਹੋਏ ਪੰਛੀ ਬਣਾਉਂਦੀ ਹੈ ਕਿਤੇ ਉਸ ਦੇ ਉਹ ਨੇ ਲਿਪਸਟਿਕ ਦੇ ਨਿਸ਼ਾਨ ਨੇ ਕਿਤੇ ਉਸ ਨੇ ਡਰਾਪਸ ਬਣਾਏ ਹੋਏ ਨੇ ਕਿ ਇਹ ਮੇਰੇ ਅੰਜੂ ਨੇ ਫੇਰੋ ਮਿੱਠੂ ਵੀ ਰਾਤ ਨੂੰ ਬਿਕੋਜ਼ ਜੇ ਉਹ ਡੇਲੀ ਗੱਲ ਕਰਨਾ ਚਾਹੁੰਦੇ ਮਿੱਠੂ ਰਾਤ ਨੂੰ 12 ਵਜੇ ਪੀਸੀਓ ਤੇ ਪੀਸੀਓ ਤੇ ਜਾਂਦਾ ਹੈ ਜਗਰਾਉ 20 ਕਿਲੋਮੀਟਰ ਹੈਗਾ ਉੱਥੋਂ ਤੇ ਉਹ ਰਾਤ ਨੂੰ ਪੀਸੀਓ ਤੇ ਜੱਸੀ ਦਾ ਫੋਨ ਆਂਦਾ ਬਿਕੋਜ਼ ਮਿੱਠੂ ਉਹਨੂੰ ਗੱਲ ਨਹੀਂ ਕਰ ਸਕਦਾ ਉਹਨੂੰ ਤੇ ਦੁਖੀ ਵੀ ਹੋ ਰਿਹਾ ਕਿ ਕਾਸ਼ ਉਹਦੇ ਮੋਬਾਈਲਸ ਹੁੰਦੇ ਉਸ ਟਾਈਮ ਮੋਬਾਈਲ ਹੁੰਦੇ ਤਾਂ ਸ਼ਾਇਦ ਇਹਨਾਂ ਦਾ ਜਲਦੀ ਹੋ ਜਾਂਦਾ ਤੇ ਸ਼ਾਇਦ ਇਹ ਬਚ ਵੀ ਜਾਂਦੇ ਟੈਕਨੋਲੋਜੀ ਤੁਹਾਨੂੰ ਬਚਨ ਦੇ ਤੇ ਕਾਫੀ ਤਰੀਕੇ ਵੀ ਦੱਸਦੀ ਹੈਗੀ ਅੱਗੇ ਜਦੋਂ ਅੱਗੇ ਹੌਲੀ ਹੌਲੀ ਵਧਦੀਆਂ ਸੀ ਕਿਤਾਬ ਦੇ ਵਿੱਚ ਤੇ ਇੱਕ ਮੇਰੇ ਬਚਪਨ ਦਾ ਕਲਾਸ ਫੈਲੋ ਜਿਹੜਾ ਅੱਜ ਇੱਕ ਪੱਤਰਕਾਰ ਹੈਗਾ ਪੋਨੀ ਟੇਲ ਮੈਨ ਉਹਨਾਂ ਦਾ ਜ਼ਿਕਰ ਆਉਂਦਾ ਬਹੁਤ ਬਿਊਟੀਫੁਲੀ ਲਿਖਿਆ ਐਟ 6 ਫੀਟ 1 ਐਂਡ ਸਪੋਟਿੰਗ ਅ ਪੋਨੀ ਟੇਲ ਜੇ ਜੀ ਹਾਂ ਜੀ ਤੁਸੀਂ ਆਪਣੇ ਆਪ ਨੂੰ ਨਰੇਟ ਕਿਵੇਂ ਕੀਤਾ ਆਪਣੇ ਆਪ ਨੂੰ ਲਿਖਣਾ ਬਹੁਤ ਔਖਾ ਹੈ ਆਪਣੇ ਕਰੈਕਟਰ ਨੂੰ ਬੁੱਕ ਚ ਉਤਾਰਨਾ ਬੜਾ ਔਖਾ ਕੰਮ ਹੈ ਕਿਸੇ ਦੇ ਕੈਰੈਕਟਰ ਚ ਜਾਣਾ ਜਿੰਨਾ ਔਖਾ ਹੈ ਜੀ ਕਿਸੇ ਦੂਸਰੇ ਦੇ ਕੈਰੈਕਟਰ ਨੂੰ ਪੋਰਟਰੇ ਕਰਨਾ ਜਿੰਨਾ ਔਖਾ ਹੈ ਇੱਕ ਲਿਖਾਰੀ ਲਈ ਆਪਣੇ ਕੈਰੈਕਟਰ ਨੂੰ ਪੋਰਟਰੇ ਕਰਨਾ ਮੈਨੂੰ ਲੱਗਦਾ ਜ਼ਿਆਦਾ ਔਖਾ ਹੈ ਕਿਉਂਕਿ ਡੇ ਟੂ ਡੇ ਰੁਟੀਨ ਦੇ ਵਿੱਚ ਕੁਝ ਹੋਰ ਹੁੰਦੇ ਹੋ ਤੁਸੀਂ ਹਮੇਸ਼ਾ ਹਾਂਜੀ ਬਿਲਕੁਲ ਬਿਲਕੁਲ ਮੈਂ ਉਹਦੇ ਚਾਹੀ ਵੀ ਲਿਖਿਆ ਹੈ ਕਿ ਜੇ ਜੇ ਦੀ ਜਿਹੜੀ ਕਾਰ ਹੈ ਉਸ ਦਾ ਜਿਹੜਾ ਫਰੰਟ ਬੋਨਟ ਹੈ ਉਸ ਦਾ ਪੇਂਟ ਉਤਰਿਆ ਹੋਇਆ ਹੈ ਉਹ ਪੇਂਟ ਕਰਵਾ ਨਹੀਂ ਸਕਦਾ ਸੋ ਸੋ ਐਕਚੁਅਲੀ ਮੈਨੂੰ ਬਹੁਤ ਸਾਰੇ ਮਿੱਠੂ ਦੀਆਂ ਗੱਲਾਂ ਜੋ ਦੇ ਦਿਲ ਦੀਆਂ ਗੱਲਾਂ ਨੇ ਉਹਨੂੰ ਇੱਕ ਰਾਈਟਰ ਦੇ ਅੱਗੇ ਸਵਾਲ ਹੁੰਦਾ ਕਿ ਉਹ ਨਰੇਸ਼ਨ ਕਿਵੇਂ ਕਰੇ ਕੌਣ ਹੈ ਬੰਦਾ ਜਿਹੜਾ ਸਾਰੀ ਫਿਲਮ ਨੂੰ ਸਾਰੀ ਜ਼ਿੰਦਗੀ ਨੂੰ ਹੁੰਦੇ ਹੋਏ ਦੇਖ ਰਿਹਾ ਸੋ ਲਿਖੇਗਾ ਕਿਵੇਂ ਨਰੇਸ਼ਨ ਦਾ ਇੱਕ ਕੁਐਸਚਨ ਹੁੰਦਾ ਸੋ ਮਿੱਠੂ ਦਾ ਮੈਂ ਉਸਦਾ ਕੇਸ ਲੈ ਕੇ ਗਿਆ ਸੀ ਪੁਲਿਸ ਕਮਿਸ਼ਨ ਜਿਹੜਾ ਕਮਿਸ਼ਨ ਇਨਟੂ ਫਾਲਸ ਕੇਸਿਸ ਸੀਗਾ ਫੋਰੈਸ ਕੰਪਲੈਕਸ ਦੀ ਗੱਲ ਕੀਤੀ ਹਾਂਜੀ ਫੋਰੈਸ ਕੰਪਲੈਕਸ ਦੇ ਵਿੱਚ ਜਸਟਿਸ ਮਹਿੰਦੀ ਰੱਤਾ ਦਾ ਸੀਗਾ ਤੇ ਜਸਟਿਸ ਉਹਨਾਂ ਦਾ ਸੀਗਾ ਐਂਡ ਉੱਥੇ ਫਿਰ ਮੈਂ ਉਹਨਾਂ ਦੀ ਪਟੀਸ਼ਨ ਬਣਾਈ ਸੀ ਉਹ ਸਾਰੀ ਸੋ ਜੇ ਮੈਂ ਉਸ ਨੂੰ ਉਵੇਂ ਹੀ ਬਿਆਨ ਕਰ ਦਿੰਦਾ ਤੇ ਉੱਥੇ ਮਿੱਠੂ ਦਾ ਬਹੁਤ ਮੋਨੋਲੋਗ ਹੈ ਜੇ ਤੁਸੀਂ ਮਿੱਠੂ ਦਾ ਪੜੋਗੇ ਮਿੱਠੂ ਦੇ ਮੋਨੋਲੋਗ ਦੇ ਵਿੱਚ ਮੈਂ ਕੋਸ਼ਿਸ਼ ਕੀਤੀ ਕਿ ਉਹ ਨਵੇਂ ਉਤਰਾਂ ਬਿਕੋਜ਼ ਉਹ ਗੱਲ ਕਰਦੇ ਕਰਦੇ ਨਾ ਸ਼ਾਂਤ ਹੋ ਜਾਂਦਾ ਤੇ ਉਹ ਕਿਸੇ ਹੋਰ ਦੁਨੀਆ ਚ ਚਲੇ ਜਾਂਦਾ ਫਿਰ ਉਹ ਕਿਸੇ ਪਾਸਟ ਦੀ ਗੱਲ ਕਰਨ ਲੱਗ ਪੈਂਦਾ ਕਦੀ ਉਹ ਫਿਊਚਰ ਦੀ ਗੱਲ ਕਰਨ ਲੱਗ ਪੈਂਦਾ ਕਿਉਂਕਿ ਉਸ ਦੇ ਸਿਰ ਤੇ 21 ਟਾਂਕੇ ਲੱਗੇ ਸੀ ਜਦੋਂ ਤਲਵਾਰ ਲੱਗੀ ਉਸ ਨੂੰ ਕਾਫੀ ਵੱਡਾ ਸ਼ੌਕ ਲੱਗਿਆ ਉਸ ਦੀ ਉਂਗਲੀਆਂ ਵੀ ਉਹਨਾਂ ਨੇ ਕੱਟ ਦਿੱਤੇ ਸੀਗੇ ਤੇ ਉਹਦੇ ਹੋਰ ਵੀ ਬਹੁਤ ਨਿਸ਼ਾਨ ਨੇ ਫਿਰ ਉਸ ਤੋਂ ਬਾਅਦ ਉਹ ਮਿੱਠੂ ਸ਼ਾਇਦ ਥੋੜਾ ਬਹੁਤ ਕੁਝ ਉਸਨੇ ਆਪਣੇ ਆਪ ਨੂੰ ਸੰਭਾਲਣ ਦੇ ਲਈ ਕੁਝ ਨਸ਼ਾ ਵੀ ਕਰਨਾ ਪਿਆ ਫਿਰ ਜਦੋਂ ਤੁਹਾਡੇ ਦੇ ਇੰਨੇ ਝੂਠੇ ਕੇਸ ਪੈ ਰਹੇ 6 ਤੁਸੀਂ بار بار ਉਹਨੂੰ ਕਹਿੰਦੇ ਵੀ ਕਿ ਨਸ਼ਾ ਛੱਡ ਦੇ ਪिल्स ਨਾ ਲਿਆ ਕਰ ਮੈਂ بار بار ਕਹਿੰਦਾ ਤੈਨੂੰ ਕਿ ਪिल्स ਨਾ ਲੈ ਪਟੋ ਕਹਿੰਦਾ ਕਿ ਜਦੋਂ ਮੈਂ ਬਹੁਤ ਇੱਕ ਆਪੇ ਤੋਂ ਬਾਹਰ ਹੋ ਜਾਣਾ ਜਾਂ ਮੇਨੂੰ ਜੱਸੀ ਬਹੁਤ ਜ਼ਿਆਦਾ ਹਾਵੀ ਹੋ ਜਾਂਦੀ ਹੈ ਔਰ ਉਹ ਸਾਰਾ ਸੀਨ ਬਹੁਤ ਹਾਵੀ ਹੋ ਜਾਂਦਾ ਹੈ ਤਾਂ ਮੈਨੂੰ ਜਿਹੜੇ ਹੈਗੇ ਆ ਉਹ ਚਿੱਟਾ ਜਾਂ ਨਸ਼ਾ ਕਰਨਾ ਪੈਂਦਾ ਬਿਲਕੁਲ ਜੀ ਹਾਂ ਚਿੱਟਾ ਤਾਂ ਨਹੀਂ ਪਰ ਉਹ ਕੁਝ ਨੀਂਦ ਦੀਆਂ ਗੋਲੀਆਂ ਜਾਂ ਯੂ ਨੋ ਇਸ ਦੇ ਐਂਜ਼ਾਇਟੀ ਵਾਲੀ ਗੋਲੀਆਂ ਵਗੈਰਾ ਉਹ ਲੈਂਦਾ ਰਿਹਾ ਹੈਗਾ ਤੇ ਵਿੱਚ ਵਿੱਚ ਉਸਨੇ ਛੱਡੀਆਂ ਵੀ ਕੋਸ਼ਿਸ਼ ਵੀ ਕੀਤੀਆਂ ਸੀਗੀਆਂ ਪਰ ਜਦੋਂ ਉਸਤੇ ਬਾਰ ਬਾਰ ਕੇਸ ਪੈਂਦੇ ਜਾਣਗੇ ਉਹਨੂੰ ਬਾਰ ਬਾਰ ਧਮਕੀਆਂ ਦਿੱਤੀਆਂ ਜਾਣਗੀਆਂ ਤਾਂ ਮੈਨੂੰ ਲੱਗਦਾ ਸੰਭਲਣਾ ਬਹੁਤ ਮੁਸ਼ਕਿਲ ਹੈ ਤੇ ਮੈਂ ਮੈਂ ਤਾਂ ਇਸ ਗੱਲੋਂ ਹੈਰਾਨ ਆ ਕਿ ਸ਼ਾਇਦ ਉਹਦੀ ਆਤਮਾ ਹੀ ਇੰਨੀ ਸਟਰੋਂਗ ਹੈ ਜੋ ਹਜੇ ਤੱਕ ਉਹ ਚੱਲੀ ਜਾ ਰਿਹਾ ਹਜੇ ਵੀ ਉਹ ਜੇਲ੍ਹ ਚ ਹੈ 2.5 ਸਾਲ ਤੋਂ ਜੇਲ੍ਹ ਵਿੱਚ ਹੈ ਉਸਤੇ ਕਮਰਸ਼ੀਅਲ ਕੁਆਂਟੀਟੀ ਦੇ ਡਰੱਗਸ ਪਕੜੇ ਜਾਣ ਦਾ ਕੇਸ ਹੈਗਾ ਇਹ ਸਤਵਾਂ ਕੇਸ ਹੈ 6 ਵਿੱਚੋਂ ਬਰੀ ਹੋ ਚੁੱਕਾ ਮੈਨੂੰ ਉਮੀਦ ਹੈ ਉਹ ਇਸ ਕੇਸ ਵਿੱਚੋਂ ਵੀ ਬਰੀ ਹੋ ਜਾਏਗਾ ਪਰ ਇਹ ਬਹੁਤ ਜ਼ਿਆਦਾ ਅਜੀਬ ਗੱਲ ਨਹੀਂ ਹੈ ਇਤਿਹਾਸ بار-बार ਆਪਣੇ ਨੂੰ ਦੁਹਰਾਉਂਦਾ ਨਹੀਂ ਹੈ ਕਿ ਜਿਹੜੇ ਵਿਕਟਿਮ ਵੀ ਉਹੀ ਬਣਦੇ ਆ ਜਿਹੜੇ ਕਿ ਮੁਹੱਬਤ ਵਾਲ ਚੱਲਣ ਦੀ ਕੋਸ਼ਿਸ਼ ਕਰਦੇ ਆ ਜੇ ਆਪਾਂ ਇਸ ਨੂੰ ਦੂਸਰੇ ਤਰੀਕੇ ਦੇ ਨਾਲ ਸਮਝੀਏ ਆਮ ਤੌਰ ਤੇ ਜੇ ਮੁਹੱਬਤ ਦਾ ਸਨੇਹਾ ਦੇਣ ਵਾਲੇ ਹੀ ਵਿਕਟਿਮ बार-बार ਜਾਂ ਕਾਲੇ ਦਿਨਾਂ ਦੀ ਵੀ ਗੱਲ ਕਰੀਏ ਉੱਥੇ ਵੀ ਕੁਝ ਲੋਕ ਇਹੋ ਜਿਹੇ ਸੀਗੇ ਜਿਨ੍ਹਾਂ ਨੂੰ ਕਿ ਐਦਾਂ ਦੀਆਂ ਚੀਜ਼ਾਂ ਚੇਲਣੀਆਂ ਪਈਆਂ ਉਹ ਕਦੀ ਵੀ ਇੰਟੈਂਡ ਨਹੀਂ ਸੀਗੇ ਇਹ ਜਿਹੇ ਚੀਜ਼ਾਂ ਦੇ ਵੱਲ ਜਾਣ ਵਾਸਤੇ ਕਿਉਂਕਿ ਮੈਂ ਐਸ ਕਰਕੇ ਪੁੱਛ ਰਹੀ ਹਾਂ ਕਿ ਤੁਸੀਂ ਕ੍ਰਾਈਮਰੋਜ਼ ਦੌਰ ਦੀਆਂ ਚੀਜ਼ਾਂ ਬਹੁਤ ਕੰਮ ਕੀਤਾ ਤੁਸੀਂ ਇਸ ਤੇ ਐਜ਼ ਅ ਜਰਨਲਿਸਟ ਆਲਸੋ ਤੇ ਐਜ਼ ਅ ਰਾਈਟਰ ਤੁਸੀਂ ਉਹਦੀ ਦੂਸਰੀ ਸ਼ੇਪ ਦੇਣ ਦੀ ਉਹਨੂੰ ਕੋਸ਼ਿਸ਼ ਕਰ ਰਹੇ ਹੋ ਹਾਂਜੀ ਬਿਲਕੁਲ ਬਹੁਤ ਇੰਪੋਰਟੈਂਟ ਕੁਐਸਚਨ ਹੈ ਤੁਹਾਡਾ ਤੇ ਤੁਸੀਂ ਬਹੁਤ ਧਿਆਨ ਨਾਲ ਕਿਤਾਬ ਨੂੰ ਪੜਿਆ ਹੈ ਮੇਰਾ ਪ੍ਰੋਫਾਈਲ ਵੀ ਦੇਖਿਆ ਹੈ ਮੇਰੀ ਕ੍ਰਾਈਮ ਰਿਪੋਰਟਿੰਗ ਨੂੰ ਬਿਲਕੁਲ ਠੀਕ ਕਹਿ ਰਹੇ ਹੋ ਕਿ ਬਹੁਤ ਦਰਦਪਰੀਆਂ ਸਟੋਰੀਜ਼ ਨੇ ਜਿੰਨੇ ਵੀ ਤੁਸੀਂ ਲਵ ਸਟੋਰੀਜ਼ ਦੇਖੋ ਜਾਂ ਜਦੋਂ ਇੱਕ ਜਦੋਂ ਇੱਕ ਪਿਆਰ ਗਿਵਿੰਗ ਦੇ ਲਈ ਹੋਵੇ ਨਾ ਦੂਜੇ ਨੂੰ ਪਿਆਰ ਦੇਣ ਦੇ ਲਈ ਤਾਂ ਉਹ ਰਿਸ਼ਤਾ ਚੱਲਦਾ ਰਹਿੰਦਾ ਜਦੋਂ ਪੋਜ਼ੈਸ ਪੋਜ਼ੈਸਿਵਨੈਸ ਵਿੱਚ ਆ ਜਾਵੇ ਕਿ ਇਹ ਮੇਰੀ ਮਲਕੀਅਤ ਹੈ ਮੇਰੀ ਪ੍ਰਾਪਰਟੀ ਜਮੀਨ ਦਾ ਟੁਕੜਾ ਮੇਰੀ ਹੈ ਉਵੇਂ ਇਹ ਜਿਹੜਾ ਸ਼ਖਸ ਹੈ ਜਾਂ ਇਹ ਜਿਹੜੀ ਔਰਤ ਹੈ ਲੜਕੀ ਹੈ ਮੇਰੀ ਪ੍ਰਾਪਰਟੀ ਹੈ ਉਥੋਂ ਦੀ ਲਾਲਚ ਪੈਦਾ ਹੁੰਦਾ ਹੈ ਤੇ ਉਥੋਂ ਦੇ ਕੌਨਫਲਿਕਟ ਹੋ ਜਾਂਦੇ ਹੈ। ਕਈ ਵਾਰ ਇੱਕ ਦੂਜੇ ਦਾ ਮਰਡਰ ਹੁੰਦਾ ਹੈ। ਕਈ ਵਾਰ ਜਿਵੇਂ ਇਸ ਕੇਸ ਦੇ ਵਿੱਚ ਜੱਸੀ ਇੱਕ ਕੁੜੀ ਨਾ ਹੋਣ ਕਰਕੇ ਹੋਂ ਦੀ ਬਜਾਏ ਉਹ ਮਾਂ ਪਿਓ ਦੀ ਇੱਕ ਪ੍ਰਾਪਰਟੀ ਸੀਗੀ। ਹੂੰ। ਉਹ ਕਹਰੇ ਸੀ ਇਹ ਪ੍ਰਾਪਰਟੀ ਦਾ ਫੈਸਲਾ ਅਸੀਂ ਕਰਾਂਗੇ। ਇਸ ਪ੍ਰਾਪਰਟੀ ਦਾ ਨਾ ਦਿਲ ਹੈ ਨਾ ਦਿਮਾਗ ਹੈ। ਇਹ ਵੀ ਪੋゼਸਿਵਨੈਸ ਹੈ। ਜਸ ਲਾਈਕ ਅ ਫਰਨੀਚਰ ਪੀਸ। ਹਾਂਜੀ। ਸੋ ਜਿੱਥੇ ਵੀ ਪੋゼਸਿਵਨੈਸ ਆਏਗਾ ਉੱਥੇ ਹੀ ਕ੍ਰਾਈਮ ਹੋਏਗਾ। ਹਮੇਸ਼ਾ ਕ੍ਰਾਈਮ ਹੋਏਗਾ। ਅండ్ ਮੈਂ क्राइम ਦੇ ਵਿੱਚ ਆਪਾਂ ਬਹੁਤ ਦਰਦ ਭਰੀਆਂ ਸਟੋਰੀਜ਼ ਲਿਖਦੇ ਆ ਨਿਊਜ਼ ਰਾਈਟਿੰਗਸ ਲਿਖਦੇ ਆ ਪਰ ਮੇਰੀ ਜਿਹੜੀਆਂ ਦੂਜੀਆਂ ਕਹਾਣੀਆਂ ਨੇ ਮੇਰੇ ਸ਼ਾਰਟ ਸਟੋਰੀਜ਼ ਵੀ ਨੇ ਮੇਰੀਆਂ ਹੋਰ ਬੁੱਕਸ ਵੀ ਨੇ ਮੇਰੀ ਕੋਸ਼ਿਸ਼ ਹੁੰਦੀ ਹੈ ਮੇਰਾ ਸ਼ਾਇਦ ਇੱਕ ਮਾਈਂਡਸੈਟ ਬਣ ਗਿਆ ਹੈ ਕਿ ਮੈਂ ਉਸ ਦਾ ਐਂਡ ਹੈ ਜਿਹੜਾ ਉਸ ਦਾ ਐਂਡ ਮੈਂ ਪੋਜ਼ਿਟਿਵ ਕਰਾਂ ਹਮੇਸ਼ਾ ਸੋ ਮੇਰੀ ਜਿੰਨੀਆਂ ਵੀ ਸ਼ਾਰਟ ਸਟੋਰੀਜ਼ ਆਇਆ ਪੋਇਟਰੀ ਹੈ ਜਾਂ ਕੁਝ ਵੀ ਨੇ ਉਹਨਾਂ ਦਾ ਐਂਡ ਹਮੇਸ਼ਾ ਪੋਜ਼ਿਟਿਵ ਹੋਏਗਾ ਉਹ ਮੈਂ ਤਾਂ ਨਹੀਂ ਕਹਾਂਗਾ ਫਿਲਮਾਂ ਵਾਲਾ ਹੈਪੀ ਐਂਡ ਹੋਏਗੀ ਪਰ ਇੱਕ ਪੋਜ਼ਿਟਿਵ ਨੋਟ ਤੇ ਹੋਇਆ ਇਸ ਵਿੱਚ ਮੈਂ ਨੋਟ ਕੀਤਾ ਮੈਂ ਦੇਖ ਰਹੀ ਸੀ ਕਿ ਆ ਚੀਜ਼ ਜਿਹੜੀ ਹੈ ਕਿ ਇਹ ਇਧਰੋਂ ਵੱਧਦੇ ਵੱਧੇ ਉਹਨਾਂ ਦੇ ਸੌਫਟ ਕਾਰਨਰਸ ਕਿਵੇਂ ਮਿਲੇ ਕੀ ਹੋਇਆ ਉਹ ਵੱਧਾ ਵੱਧਾ ਚੀਜ਼ ਜਿਹੜੀ ਹੈ ਉਹ ਮਰਡਰ ਵੱਲ ਜਾਣੀ ਚਾਹੀਦੀ ਸੀ ਜਾਂ ਉਹ ਜਿਹੜਾ 트ੈਜਿਕ ਐਂਡ ਉਧਰ ਨੂੰ ਤੁਰਨੀ ਚਾਹੀਦੀ ਸੀ ਜੇ ਆਪਾਂ ਇਵੈਂਟਸ ਨੂੰ ਦੇਖੀਏ ਜਿਵੇਂ ਹੋਏ ਨੇ ਪਰ ਇੱਥੇ ਜੇ ਦੇਖਿਆ ਜਾਏ ਸੀਕੁਐਂਸ ਆਫ ਇਵੈਂਟਸ ਜਿਹੜੇ ਨੇ ਡਿਫਰੈਂਟ ਨੇ ਤੁਸੀਂ ਜਿਹੜੀ ਇਨਵੈਸਟੀਗੇਸ਼ਨ ਹੈਗੀ ਹੈ ਕੇਸ ਦੀ ਗੱਲ ਹੈਗੀ ਹੈ ਮਰਡਰ ਦੀ ਗੱਲ ਹੈਗੀ ਹੈ ਯਾ ਜਿਹੜਾ ਉਹ ਉਹਨਾਂ ਨੇ ਹਾਇਰ ਕੀਤੇ ਐ ਜਾਂ ਜਿਹੜੀ ਵੀ ਇੱਥੇ ਪਥੈਟਿਕ ਗੱਲ ਹੈਗੀ ਉਹ ਸਾਰੀ ਸਾਰੀ ਤੁਸੀਂ ਪਹਿਲੇ ਚੈਪਟਰਸ ਚ ਲਈ ਐ ਹੌਲੀ ਹੌਲੀ ਪਿੱਛੇ ਜੜਾ ਆਂਦੇ ਆਂਦੇ ਹੋ ਤੁਸੀਂ ਉਹਨਾਂ ਦੇ ਕਿਵੇਂ ਮਿਲੇ ਕਿਵੇਂ ਉਹਨਾਂ ਨੇ ਉਹਦੇ ਬਾਅਦ ਤੁਸੀਂ ਬੜਾ ਉਧਰ ਦੀ ਖਾਕੋਟਸ਼ਿਪ ਦੀ ਗੱਲ ਕੀਤੀ ਫਿਰ ਉਹ ਖਾਸ ਕਰਕੇ ਮਰੂਤਾ ਦੀ ਗੱਲ ਕੀਤੀ ਤੁਸੀਂ ਭੂਂਡ ਦੀ ਗੱਲ ਕੀਤੀ ਉਥੇ ਉਹ ਬੜੇ ਇੱਕ ਡਿਫਰੈਂਟ ਤੁਸੀਂ ਪੰਜਾਬ ਦਾ ਜਿਹੜਾ ਸੱਭਿਆਚਾਰ ਹੈ ਉਹਨੂੰ ਵੀ ਇਹਦੇ ਵਿੱਚ ਇਨਕਲਕੇਟ ਕਰਨ ਦੀ ਕੋਸ਼ਿਸ਼ ਕੀਤੀ ਐ ਜੀ ਹਾਂ ਬਿਲਕੁਲ ਟੈਰਰਰਿਜ਼ਮ ਦੇ ਬੜੇ ਟਾਈਮ ਸੀਗੇ ਮਿੱਠੂ ਉਸ ਵਿੱਚੋਂ ਵੀ ਗੁਜ਼ਰਿਆ ਐ ਅਤੇ ਉਸ ਨੂੰ ਫੋਰਨ ਮੀਡੀਆ ਨੇ ਮਿੱਠੂ ਨੂੰ ਨਾ ਇੱਕ ਥ੍ਰੀ ਵੀਲਰ ਦਾ ਡਰਾਈਵਰ ਹੀ ਕਹਿੰਦੇ ਰਹੇ ਨੇ ਉਸ ਨੂੰ ਉਹਦੇ ਕਿਤੇ ਵੀ ਚਲੋ ਤਾਂ ਕੋਰਟ ਵਿੱਚ ਲਿਖਿਆ ਹੋਇਆ ਹੈ ਕੋਰਟ ਦੇ ਡਾਕੂਮੈਂਟਸ ਇਜ਼ ਐਨ ਆਟੋ ਰਿਕਸ਼ਾ ਡਰਾਈਵਰ ਜੋ ਕਿ ਉਹ ਨਹੀਂ ਸੀਗਾ ਮਿੱਠੂ ਬਹੁਤ ਸਮਾਰਟ ਇੱਕ ਕਬੱਡੀ ਦਾ ਪਲੇਅਰ ਸੀਗਾ ਠੀਕ ਹੈ ਉਹ ਗਰੀਬ ਘਰ ਤੋਂ ਸੀ ਪਰ ਉਹ ਕਬੱਡੀ ਦੇ ਉਸ ਟਾਈਮ ਵੀ 3000 5000 ਉਸ ਨੂੰ ਇਨਾਮ ਮਿਲਦੇ ਸੀ ਜਿਸ ਦਿਨ ਉਹ ਜੱਸੀ ਨੂੰ ਪਹਿਲੀ ਵਾਰੀ ਮਿਲਿਆ ਉਸ ਦਿਨ ਉਹ 5000 ਰੁਪਏ ਦਾ ਇਨਾਮ ਲੈ ਕੇ ਆਇਆ ਹੋਇਆ ਸੀ ਤੇ ਉਸ ਤੋਂ ਬਾਅਦ ਉਸਨੇ ਸਿਰਫ ਕਿਉਂਕਿ ਜੱਸੀ ਨੇ ਘਰਦਿਆਂ ਨਾਲ ਜ਼ਿੱਦ ਕੀਤੀ ਉਹ ਕੈਨੇਡਾ ਤੋਂ ਆਈ ਹੋਈ ਸੀ ਉਹਨੂੰ ਮਰੂਤਾ ਮਰੂਤਾ ਸ਼ਾਇਦ ਦਰਸ਼ਕਾਂ ਨੂੰ ਪਤਾ ਹੀ ਹੋਵੇਗਾ ਸਾਰਿਆਂ ਨੂੰ ਕਿ ਇੱਕ 3-ਵੀਲਰ ਕਾਫੀ ਵੱਡੇ ਸਾਈਜ਼ ਦਾ 3-ਵੀਲਰ ਬਾਹਰ ਵੀਲਸ ਹੁੰਦੇ ਹਾਂ ਹਾਂਜੀ ਜਿਸ ਨੂੰ ਪੌਂਡ ਵੀ ਕਹਿ ਦਿੰਦੇ ਹੈਗੇ ਨੇ ਮਰੂਤਾ ਕਹਿੰਦੇ ਉਸ ਨੂੰ ਪੀਟਰ ਰੇੜਾ ਜਾਂ ਪੀਟਰ ਇੰਜਨ ਉਸ ਤੇ ਲੱਗਿਆ ਹੁੰਦਾ ਹੈ ਜੀ ਬਿਲਕੁਲ ਤੋਂ ਉਹ ਸਿਰਫ ਜੱਸੀ ਜ਼ਿੱਦ ਕਰਦੀ ਸੀ ਕਿ ਮੈਂ ਇਹਦੀ ਹੀ ਸਵਾਰੀ ਕਰਨੀ ਹੈ ਹਾਂ ਉਹ ਉਹਦੇ ਨਾਲ ਟਾਈਮ ਸਪੈਂਡ ਕਰਨ ਦੇ ਲਈ ਮਿੱਠੂ ਨੇ ਉਸ ਨੂੰ ਚਲਾਉਣਾ ਸ਼ੁਰੂ ਕਰ ਦਿੱਤਾ ਸਿਰਫ ਇਸ ਕਰਕੇ ਕਿ ਮੈਂ ਇਹਦੇ ਨਾਲ ਆਵਾਂਗਾ ਜਾਵਾਂਗਾ ਨਾਲੇ ਉਹਦਾ ਦੋਸਤ ਸੋ ਉਸ ਤੋਂ ਬਾਅਦ ਉਸ ਦਾ ਨਾਮ ਹੀ ਆਟੋ ਰਿਕਸ਼ਾ ਡਰਾਈਵਰ ਪੈ ਗਿਆ ਜਿਹੜੇ ਇਹਦੇ ਵਿੱਚ ਮੈਂ ਕੈਰੈਕਟਰ ਜਿਵੇਂ ਤੁਸੀਂ ਦੱਸਿਆ ਹਰ ਚੈਪਟਰ ਇੱਕ ਅਲੱਗ ਐਪੀਸੋਡ ਹੈ ਅਲੱਗ ਕੈਰੈਕਟਰ ਵੱਲੋਂ ਦੱਸਿਆ ਗਿਆ ਉਹ ਮੈਨੂੰ ਇਸ ਕਰਕੇ ਦੱਸਣਾ ਪਿਆ ਬਿਕੋਜ਼ ਜੱਸੀ ਕੇਸ ਦੇ ਨਾਲ ਜੁੜੇ ਹੋਏ ਹਰ ਬੰਦੇ ਦੀ ਇਹ ਇੱਕ ਪੂਰੀ ਲਾਈਫ ਸਟੋਰੀ ਹੈ ਚਾਹੇ ਉਹ ਡਿਟੈਕਟਿਵ ਸੋਰਨਜੀਤ ਸੀਗੇ ਚਾਹੇ ਉਹ ਪੁਲਿਸ ਅਫਸਰ ਸੀ ਜਿਹੜੇ ਐਕਸਟਰੈਡੀਸ਼ਨ ਕਰਵਾਣ ਗਏ ਸੀ ਤੇ ਉਹਨਾਂ ਨੇ ਜਹਾਜ਼ ਵਿੱਚ ਇਹਨਾਂ ਨੂੰ ਮਲਕੀਤ ਕੌਰ ਬਦੇਸ਼ ਤੇ ਸਰਜੀਤ ਸਿੰਘ ਬਦੇਸ਼ਾ ਨੂੰ ਚੜਾ ਲਿਆ ਸੀ ਪਰ ਜਹਾਜ਼ ਚੜਨ ਤੋਂ ਪਹਿਲਾਂ ਹੀ ਉਹਨਾਂ ਨੂੰ ਉਤਾਰ ਲਿੱਤਾ ਗਿਆ ਟੇਕ-ਆਫ ਤੋਂ ਪਹਿਲਾਂ ਹਾਂ ਸੋ ਇਹ ਲਾਈਫ ਦਾ ਇੱਕ ਮੂਮੈਂਟ ਆ ਨਾ ਉਹ ਉਸ ਬੰਦੇ ਦੀ ਵੀ ਜਿੰਨੇ ਕਿ 11 ਦਾ 11 ਜਿਹੜੇ ਆ ਕੰਟਰੈਕਟ ਕਿਲਰਸ ਨੇ ਉਹ ਅਰੇਂਜ ਕੀਤੇ ਸੀਗੇ ਹਾਂਜੀ ਐਗਜ਼ੈਕਟਲੀ ਐਗਜ਼ੈਕਟਲੀ ਜੀ ਜੋਗਿੰਦਰ ਸਿੰਘ ਜੋਗਿੰਦਰ ਸਿੰਘ ਇਨਸਪੈਕਟਰ ਜੋਗਿੰਦਰ ਸਿੰਘ ਸੀਗਾ ਪਰ ਉਹ ਪ੍ਰਮੋਟਿ ਸੀਗਾ او ਆਰਪੀ ਰੈਂਕ ਸੀਗਾ ਉਸ ਦਾ ਵੈਸੇ ਤਾਂ ਉਹ ਹੈੱਡ ਕਨਸਟੇਬਲ ਦਾ ਸੀਗਾ ਹੁਣ ਦੇਖੋ ਉਹਦੇ ਚ ਟ੍ਰੈਜੇਡੀ ਦੇਖੋ ਕਿ ਹੁਣ ਜਿਹੜੇ ਆ ਚਾਏ ਅਨਿਲ ਆ ਜਿਹੜਾ ਮੇਨ ਕੰਟਰੈਕਟਰ ਸੀਗਾ ਜੋਗਿੰਦਰ ਸਿੰਘ ਹੈ ਇੱਕ ਹੋਰ ਸੀਗੇ ਤੇ ਉਹ ਤਿੰਨ ਜਣਾਂ ਨੂੰ ਹੀ ਸਜ਼ਾ ਹੋਈ ਕਨਵਿਕਸ਼ਨ ਸੁਪਰੀਮ ਕੋਰਟ ਵੱਲੋਂ ਹਾਈ ਸੁੰਗਰੂਰ ਤੇ ਹਾਈ ਕੋਰਟ ਵੱਲੋਂ ਸੱਤ ਜਣਾਂ ਨੂੰ ਸੀਗੀ ਤੇ ਉਹ ਤਿੰਨੋਂ ਹੁਣ ਬਾਹਰ ਨੇ ਤੇ ਮਿੱਠੂ ਜੇਲ੍ਹ ਵਿੱਚ ਕਿੰਨਾ ਉਲਟ ਕੰਮ ਹੈ ਜੋ ਐਕਸਟਰਡੀਸ਼ਨ ਚ ਜੱਸੀ ਦੀ ਮਾਂ ਤੇ ਮਾਮਾ ਉਹ ਵੀ ਬਾਹਰ ਨੇ ਬੇਲ ਤੇ ਤੇ ਮਿੱਠੂ ਜੇਲ੍ਹ ਵਿੱਚ ਇਸ ਤੋਂ ਵੱਡੀ ਡਰੈਸ ਦੀ ਕੀ ਹੋ ਸਕਦੀ ਹੈ ਨਹੀਂ ਆਏ ਨਹੀਂ ਬਿਲਕੁਲ ਤੇ ਉਹ ਸਿਸਟਮ ਦਾ ਵੀ ਬਿਆਨ ਆਪਣੇ ਬਿਲਕੁਲ ਬਿਨਾਂ ਪੁਲਿਸ ਦੇ ਹੈਲਪ ਦੇ ਮਿੱਠੂ ਤੇ ਝੂਠੇ ਕੇਸ ਨਹੀਂ ਸੀ ਪਾਏ ਜਾ ਸਕਦੇ ਹਿਊਮਨ ਰਾਈਟਸ ਦੀ ਗੱਲ ਕਰਦੇ ਹੈ ਕੈਨੇਡਾ ਅਮਰੀਕਾ ਬਾਰ ਬਹੁਤ ਇਹਦੇ ਆਵਾਜ਼ ਬੁਲੰਦ ਕੀਤੀ ਜਾਂਦੀ ਹੈ ਆਪਾਂ ਹਮੇਸ਼ਾ ਸੁਣ ਰਹੇ ਹਾਂ ਪਰ ਜਦੋਂ ਐਕਸੀਡਿਸ਼ਨ ਦੀ ਗੱਲ ਆਈ ਤੇ ਇਹ ਕਿਤੇ ਕਨਵਰਸੇਸ਼ਨ ਦੇ ਵਿੱਚ ਆਇਆ ਦੀ ਟ੍ਰੀਟੀ ਦੀ ਗੱਲ ਹੈਗੀ ਐ ਐਕਸਟਰਡੀਸ਼ਨ ਦੇ ਲਾਜ਼ ਦੀ ਗੱਲ ਹੁੰਦੀ ਐ ਕਿਦਾਂ ਦਾ ਐਕਸਟਰਡੀਸ਼ਨ ਕਿਸਦੇ ਨਾਲ ਹੈਗਾ ਫਿਰ ਉਹਦੇ ਨਾਲ ਹੀ ਲਾਈਫ ਇਮਪ੍ਰਿਜ਼ਨਮੈਂਟ ਦੀ ਗੱਲ ਹੈਗੀ ਐ ਕਿਤੇ ਲਾਈਫ ਇਮਪ੍ਰਿਜ਼ਨਮੈਂਟ ਜਿਹੜਾ ਉਹ ਹੁੰਦਾ ਕਿਤੇ ਨਹੀਂ ਹੈਗਾ ਜਿਵੇਂ ਕਈ ਦੇਸ਼ਾਂ 'ਚ ਨਹੀਂ ਹੈਗਾ ਕਿਤੇ ਦਿੱਤਾ ਜਾ ਸਕਦਾ ਹੈ ਜੀ ਹਾਂ ਜੀ ਸ਼ਰਤ ਹੁੰਦੀ ਐ ਸਾਰੀਆਂ ਦੀਆਂ ਸਾਰੀਆਂ ਕੰਡੀਸ਼ਨਸ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਹਿਊਮਨ ਰਾਈਟਸ ਕਿੱਥੇ ਰਹਿ ਜਾਂਦੇ ਐ ਕੈਨੇਡਾ ਕਿਵੇਂ ਡਿਨਾਈ ਕਰ ਸਕਦਾ ਐ ਐਡਾ ਸੀਰੀਅਸ ਐਲੀਗੇਸ਼ਨ ਹੋਏ ਘੱਟੋ ਘੱਟ ਉਹਨੂੰ ਕੋਰਟ ਤੱਕ ਆ ਕੇ ਹਿਅਰਿੰਗ ਪ੍ਰੋਸੀਡਿੰਗ ਚਤ ਪੈਂਡਾਣਾ ਚਾਹੀਦਾ ਸੀਗਾ ਬਿਲਕੁਲ ਬਿਲਕੁਲ ਜੀ ਇਹ ਦੇਖੋ ਜੱਸੀ ਦਾ ਮਰਡਰ ਹੁੰਦਾ ਹੈ 8 ਜੂਨ 2000 ਨੂੰ ਐਂਡ ਉਹਨਾਂ ਦੀ ਐਕਸਟਰੈਡੀਸ਼ਨ ਹੁੰਦੀ ਹੈ ਜਨਵਰੀ 2018 ਚ 18 ਸਾਲ ਲੱਗੇ ਉਹਨਾਂ ਨੂੰ ਕੈਨੇਡਾ ਤੋਂ ਇੱਥੇ ਆਣ ਨਾਲ ਉਹ ਵੀ ਇਸ ਸ਼ਰਤ ਨਾਲ ਆਏ ਗਏ ਨੇ ਐਸ ਪਰ ਕੈਨੇਡਾ ਤੇ ਇੰਡੀਆ ਦੀ ਟ੍ਰੀਟੀ ਕਿ ਤੁਸੀਂ ਇਹਨਾਂ ਨੂੰ ਕੈਪੀਟਲ ਪਨਿਸ਼ਮੈਂਟ ਯਾਨੀ ਕਿ ਫਾਂਸੀ ਦੀ ਸਜ਼ਾ ਨਹੀਂ ਦੇ ਸਕਦੇ ਤੋ ਪਹਿਲਾ ਹੀ ਉਹ ਸ਼ਰਤ ਲੱਗ ਗਈ ਹੈਗੀ ਜੇ ਉਹਨਾਂ ਨੂੰ ਹੁਣ ਲਾਈਫ ਇਨ ਪ੍ਰिजनਮੈਂਟ ਹੈ ਵੀ ਤਾਂ ਕੁਝ ਸਮਾਂ ਉਹਨਾਂ ਨੇ ਕੈਨੇਡਾ ਦੀ ਜੇਲ੍ਹ ਚ ਕੱਟਿਆ ਕੁਝ ਇੱਥੇ ਮੇਰੇ ਖਿਆਲ ਕੱਟ ਕੁੱਟ ਕੇ ਰਹਿ ਜਾਗਾ ਹਜੇ ਪਤਾ ਨਹੀਂ ਫੈਸਲਾ ਕਦੋਂ ਆਏਗਾ ਹਜੇ ਉਹਨਾਂ ਦਾ ਜਿਹੜਾ ਟ੍ਰਾਇਲ ਹੈ ਉਹ ਸੰਗਰੂਰ ਕੋਰਟ ਚ ਚੱਲ ਰਿਹਾ ਹੈ ਉਹ 2018 ਤੋਂ ਉਹ ਟ੍ਰਾਇਲ ਸ਼ੁਰੂ ਹੋਇਆ ਹੈ 5 ਸਾਲ ਹੋ ਗਏ ਨੇ ਹਜੇ ਤੱਕ ਕ੍ਰਾਸ ਐਗਜ਼ਾਮੀਨੇਸ਼ਨ ਨਹੀਂ ਹੋਈ ਵਿਟਨੈਸ ਦੀ ਵਿਟਨੈਸ ਜਿਹਦੇ ਮਿੱਠੂ ਦੇ ਬਿਆਨ ਹੋ ਗਏ ਆ ਸੌਰਨਜੀਤ ਦੇ ਹੋ ਗਏ ਬਾਕੀ ਦੇ ਹੋ ਗਏ ਪਰ ਉਹਨਾਂ ਦਾ ਕ੍ਰਾਸ ਨਹੀਂ ਹੋਇਆ ਕ੍ਰਾਸ ਮੀਨਸ ਕਿ ਐਟ ਲੀਸਟ ਹਰ ਵਿਟਨੈਸ ਤੇ 2-3 ਮਹੀਨੇ ਲੱਗਦੇ ਨੇ ਹਾਂਜੀ ਲੱਗ ਜਾਂਦੇ ਤੋਂ ਤੁਸੀਂ ਦੇਖ ਲਓ 20 ਤੋਂ ਉੱਪਰ ਇਹਦੇ ਵਿੱਚ ਵਿਟਨੈਸ ਨੇ ਤੇ ਕਿੰਨਾ ਇਹਦੇ ਵਿੱਚ ਟਾਈਮ ਲੱਗੇਗਾ ਹਾਂ ਤੇ ਉਨੀ ਦੇਰ ਮਿੱਠੋ ਜੇਲ੍ਹ ਚ ਹੀ ਰਹੇਗਾ ਤੇ ਇਸ ਕੇਸ ਦਾ ਜੇ ਉਹ ਜੇ ਉਹ ਟ੍ਰਾਇਲ ਕੋਰਟ 'ਚ ਫੈਸਲਾ ਹੋ ਜਾਂਦਾ ਹੈ ਤਾਂ ਹਾਈ ਕੋਰਟ ਜਾਏਗਾ ਹਾਈ ਕੋਰਟ 'ਚ ਹੋ ਜਾਂਦਾ ਤਾਂ ਸੁਪਰੀਮ ਕੋਰਟ ਜਾਏਗਾ ਉਹ ਮੈਂ ਚਾਹਨਾ ਕਿ ਮੈਂ ਆਪਣੀ ਲਾਈਫਟਾਈਮ ਦੇ ਵਿੱਚ ਇੱਕ ਇਸ ਕਿਤਾਬ ਦਾ ਜਿਹੜਾ ਸੀਕੁਇਲ ਕੱਢਾਂਗਾ ਕਿ ਹਾਂ ਉਹਦੇ ਵਿੱਚ ਜੋ ਗਿਲਟੀ ਸੀਗੇ ਬੰਦੇ ਉਹਨਾਂ ਨੂੰ ਸਜ਼ਾ ਹੋਈ ਮੈਂ ਚਾਹਨਾ ਕਿ ਮੈਂ ਕਿਤਾਬ ਨੂੰ ਉੱਥੇ ਖਤਮ ਕਰਾਂ ਇਸ ਜਸਟਿਸ ਦੇ ਨਾਲ ਖਤਮ ਕਰਾਂ ਪਰ ਮੈਨੂੰ ਇਸ ਦੀ ਉਮੀਦ ਬਹੁਤ ਘੱਟ ਲੱਗਦੀ ਮਿੱਠੂ ਵੀ ਜਦੋਂ ਮਿਲਦਾ ਤੁਹਾਨੂੰ ਬਾਰ ਬਾਰ ਐਸੀ ਗੱਲ ਦੀ ਗੁਹਾਰ ਲਗਾਉਂਦਾ ਹਾਂ ਹਾਂਜੀ ਦੂਸਰੀ ਗੱਲ ਜਿਹੜੀ ਹੈ ਇਹਦੇ ਵਿੱਚ ਡਿਟੈਕਟਿਵ ਦੀ ਗੱਲ ਜਿਹੜੀ ਤੁਸੀਂ ਕੀਤੀ ਹੈ ਮੈਨੂੰ ਉਸ ਕੈਰੇਕਟਰ ਦਾ ਜਿਹੜਾ ਇੱਕ ਤੁਸੀਂ ਕਹਿ ਸਕਦੇ ਹੋ ਸਾਰਾ ਦਾ ਸਾਰਾ ਤਰੀਕਾਕਾਰ ਜਿਹੜਾ ਸੀ ਉਹ ਬਹੁਤ ਹੀ ਅਲੱਗ ਲੱਗਿਆ ਪੁਲਿਸ ਦਾ ਨਾਮ ਲੈਂਦੇ ਹੀ ਲੋਕ ਭੱਜ ਜਾਂਦੇ ਆ ਪੁਲਿਸ ਨੂੰ ਕਦੀ ਖਾਸ ਕਰਕੇ ਜੇ ਪੰਜਾਬ ਪੁਲਿਸ ਦੀ ਗੱਲ ਕਰੀਏ ਤੇ ਬਹੁਤ ਚੰਗੀ ਛਵੀ ਨਹੀਂ ਰਹੀ ਹੈ ਹਮੇਸ਼ਾ ਇਹ ਕਹਿੰਦੇ ਰਹੇ ਕਿ ਫਾਲਸ ਕੇਸਿਸ ਬਣਾਉਂਦੇ ਰਹੇ ਹੈ ਹੋਰ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਜਸਟਿਸ ਨਹੀਂ ਹੁੰਦਾ ਥਾਣਿਆਂ ਦੇ ਵਿੱਚ ਕੁੱਟਮਾਰ ਹੁੰਦੀ ਹੈ ਹੋਰ ਬਹੁਤ ਜ਼ਿਆਦਾ ਕੁਝ ਪਰ ਉਸ ਦੇ ਬਾਵਜੂਦ ਜਿਹੜੇ ਸਰਨ ਸਿੰਘ ਸੀਗੇ ਬੜੇ ਡਿਫਰੈਂਟ ਤਰੀਕੇ ਦੇ ਪੁਲਿਸ ਆਫੀਸਰਸ ਸੀਗੇ ਕਿਸ ਤਰੀਕੇ ਦੇ ਨਾਲ ਉਹ ਪਹਿਲੇ ਡਿਨਾਈ ਕਰਦੇ ਹੈ ਕੇਸ ਨੂੰ ਲੈਣ ਤੋਂ ਕਿਵੇਂ ਫਿਰ ਉਹਨਾਂ ਨੂੰ ਮਨਾਇਆ ਜਾਂਦਾ ਹੈ ਉਹਨਾਂ ਦੇ ਹਾਈ ਆਫੀਸਰ ਵੱਲੋਂ ਜਤਿੰਦਰ ਵਾਲਾ ਅਲਖ ਸਾਹਿਬ ਵੱਲੋਂ ਤੇ ਕਿਸ ਤਰੀਕੇ ਦੇ ਨਾਲ ਫਿਰ ਉਹਨਾਂ ਨੂੰ ਇਵਨ ਵਿਰਖ ਉਹਨਾਂ ਵੱਲੋਂ ਵੀ ਕਈ ਪਰਮਿਸ਼ਨਸ ਮਿਲਦੀਆਂ ਨੇ ਬਾਅਦ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਔਰ ਇਹ ਕਰੈਕਟਰ ਆਪਣੇ ਆਪ ਦੇ ਵਿੱਚ ਬੜਾ ਇੰਟਰਸਟਿੰਗ ਹੈਗਾ ਕਿਦਾਂ ਇੱਕ ਪੁਲਿਸ ਵਾਲੇ ਦੇ ਵੀ ਗੂਸਬੰਪ ਹੁੰਦੇ ਹੈ ਹਾਂਜੀ ਬਿਲਕੁਲ ਇਹ 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 ਕੇਸ ਐਦਾ ਕਮਾਲ ਦਾ ਕੇਸ ਹੈਗਾ ਕਿ ਇਹਦੇ ਵਿੱਚ ਇੱਕ ਪੁਲਿਸ ਵਾਲਾ ਕੌਨਟਰੈਕਟ ਕਿਲਰਸ ਦਾ ਲੀਡਰ ਹੈ ਜੋ ਉਸ ਦਿਨ ਉਸ ਨੂੰ ਮਾਰੇ ਸਾਰੀ ਪਲੈਨਿੰਗ ਉਸਦੀ ਸੀਗੀ ਤੇ ਉਸੇ ਟਾਈਮ ਤੇ ਉਹਦੇ ਨਾਲ ਦੇ ਆ ਕੋਈ ਹੋਰ ਪੁਲਿਸ ਵਾਲੇ ਨੇ ਜਿਨ੍ਹਾਂ ਨੇ ਮਿੱਠੂ ਤੇ ਝੂਠੇ ਕੇਸ ਪਾਏ ਨੇ ਤੇ ਫਾਲਸ ਕਮਿਸ਼ਨ ਵਾਲਿਆਂ ਨੇ ਮਹਤਾਬ ਸਿੰਘ ਗਿੱਲ ਜੱਜ ਸਾਹਿਬ ਨੇ ਉਹਨਾਂ ਨੂੰ ਕੰਪਨਸੇਸ਼ਨ ਤੇ ਸਜ਼ਾ ਵੀ ਅਨਾਉਂਸ ਕੀਤੀ ਜੋ ਹਜੇ ਤੱਕ ਇੰਪਲੀਮੈਂਟ ਨਹੀਂ ਹੋਈ ਬਹੁਤ ਸਾਰੇ ਨੇ ਜਿਨ੍ਹਾਂ ਨੇ ਮਿੱਠੂ ਨੂੰ ਅਰੈਸ ਕੀਤਾ ਉਸੇ ਟਾਈਮ ਉਸੇ ਟਾਈਮ ਫਰੇਮ ਦੇ ਵਿੱਚ ਆਫੀਸਰਸ ਨੇ ਜਿਨ੍ਹਾਂ ਨੇ ਪੁਲਿਸ ਦੀ ਵਰਦੀ ਅਤੇ ਪੁਲਿਸ ਦੀ ਡਿਊਟੀ ਨੂੰ ਬਹੁਤ ਹੀ ਉਹਨਾਂ ਨੇ ਬਹੁਤ ਅਫਹੋਲਡ ਕੀਤਾ ਮਤਲਬ ਦਾਗਦਾਰ ਜੋਗਿੰਦਰ ਸਿੰਘ ਹੋਣਾ ਨੇ ਕੀਤਾ ਪਰ ਅਫਸਰ ਇਹ ਜਿਨ੍ਹਾਂ ਨੇ ਲਾਲਚ ਵਿੱਚ ਨਹੀਂ ਆਇਆ ਜਿਹੜੇ ਲਾਲਚ ਵਿੱਚ ਨਹੀਂ ਆਇਆ ਉਹ ਫੈਲਟ ਕੀਤਾ ਸੋ ਉਹਨਾਂ ਨੇ ਇੱਕ ਪੁਲਿਸ ਦੀ ਵਰਦੀ ਦੀ ਜਿਹੜੀ ਸਾਖ ਹੈ ਉਸ ਨੂੰ ਕਾਇਮ ਰੱਖਿਆ ਉਹਦੀ ਇੱਜ਼ਤ ਰੱਖਿਆ ਉਦੋਂ ਜਸਕਰਨ ਸਿੰਘ ਨੇ ਜਸਕਰਨ ਸਿੰਘ ਐਸਐਸਪੀ ਜਗਰਾਉਂ ਸੀ ਜਦੋਂ ਮਿੱਠੂ ਤੇ ਪਹਿਲਾ ਕੇਸ ਹੋਇਆ ਜੱਸੀ ਨੂੰ ਕਿਡਨਾਪ ਕਰਨ ਦਾ ਤੇ ਜ਼ਬਰਦਸਤੀ ਵਿਆਹ ਕਰਵਾਉਣ ਦਾ ਉਹਨਾਂ ਨੇ ਮਿੱਠੂ ਦੀ ਉਹਦੇ ਵਿੱਚ ਜੱਸੀ ਨੂੰ ਪੂਰਾ ਮੌਕਾ ਦਿੱਤਾ ਕਿ ਉਹ ਫੈਕਸ ਤੇ ਆਪਣੀ ਸਟੇਟਮੈਂਟ ਭੇਜੇ ਕੈਨੇਡਾ ਤੋਂ ਫਿਰ ਉਹ ਜੱਸੀ ਕੈਨੇਡਾ ਤੋਂ ਇੰਡੀਆ ਵੀ ਚਾਹੀ ਤਾਂ ਉਹਦੀ ਪ੍ਰੋਟੈਕਸ਼ਨ ਐਂਡ ਐਨ ਐਵਰੀਥਿੰਗ ਉਹਨਾਂ ਨੇ ਕੀਤੀ ਤੇ ਕੇਸ ਕੈਨਸਲ ਕੀਤਾ ਹਾਲਾਂਕਿ ਆਈ ਏਮ ਵੈਰੀ ਸ਼ੋਰ ਕਿ ਉਹਨਾਂ ਨੂੰ ਬਹੁਤ ਪੈਸੇ ਆਫਰ ਹੋਏ ਹੋਣਗੇ ਉਹਨਾਂ ਨੇ ਕਦੇ ਸਾਂਝਾ ਤਾਂ ਨਹੀਂ ਕੀਤਾ ਫਿਰ ਉਸ ਤੋਂ ਬਾਅਦ ਐਸਐਸਪੀ ਜਤਿੰਦਰ ਔਲਖ ਸੀਗੇ ਸੰਗਰੂਰ ਦੇ ਵਿੱਚ ਸੋ ਫਿਰ ਸੌਰਨਜੀਤ ਸਿੰਘ ਜੋ ਉਸ ਵਕਤ ਇੰਸਪੈਕਟਰ ਸੀ ਇਹਦੇ ਵਿੱਚ ਨੇ ਖਾਸ ਕਰਕੇ ਕਿਹਾ ਤੁਸੀਂ ਲਿਖਿਆ ਇਹਦੇ ਵਿੱਚ ਕਿ ਉਹਨਾਂ ਨੂੰ ਪੈਸੇ ਦੇਣ ਦੀ ਬ੍ਰਾਈਬ ਕੀਤਾ ਗਿਆ ਉਹਨਾਂ ਨੂੰ ਕਿਹਾ ਗਿਆ ਤੁਹਾਨੂੰ ਕੈਨੇਡਾ ਆ ਜਾਓ ਉੱਥੇ ਸੈਟਲ ਕਰ ਦਾਂਗੇ ਪਰ ਉਹਨਾਂ ਨੇ ਕਿਹਾ ਕਿ ਮੈਨੂੰ ਨੀਂਦ ਪਿਆਰੀ ਹੈ ਹਾਂਜੀ ਯੈਸ ਯੈਸ ਬਿਲਕੁਲ ਡਿਗਨਿਟੀ ਦੇ ਨਾਲ ਜਿਹੜੀ ਰਿਸਪੈਕਟ ਦੇ ਨਾਲ ਨੀਂਦ ਬਹੁਤ ਪਿਆਰੀ ਹੈ ਯੈਸ ਯੈਸ ਇਨਫੈਕਟ ਸੁਰਨਜੀਤ ਸਿੰਘ ਜਿਹਨਾਂ ਨੂੰ ਤਾਂ ਮਿਰਕਲ ਆਲਮੋਸਟ 2 ਕਰੋੜ ਰੁਪਏ ਤੱਕ ਆਫਰ ਹੋਇਆ ਹੋਇਆ ਸੀਗਾ ਮਿੱਠੂ ਨੂੰ ਵੀ ਹੋਇਆ ਸੀਗਾ ਤੇ ਦੂਜਾਂ ਨੂੰ ਹੋਇਆ ਸੀ ਇਹਦੇ ਵਿੱਚ ਨਾ ਇੱਕ ਇੱਕ ਜਿਹੜੀ ਹੁੰਦੀ ਹੈ ਨਾ ਕਿ ਤੁਸੀਂ ਜਿੰਨਾ ਮਰਜ਼ੀ ਕ੍ਰਾਈਮ ਕਰ ਲਓ ਪਰ ਕਿਤੇ ਨਾ ਕਿਤੇ ਤੁਹਾਡੇ ਤੋਂ ਕੋਈ ਗਲਤੀ ਹੋ ਜਾਂਦੀ ਹੈ ਕੋਈ ਨਿਸ਼ਾਨ ਰਹਿ ਜਾਂਦੇ ਹੁਣ ਇਸ ਇਸ ਕੇਸ ਵਿੱਚ ਕੀ ਹੋਇਆ ਸੀਗਾ ਕਿ ਜਗਿੰਦਰ ਸਿੰਘ ਦਾ ਸਾਰਾ ਪਲਾਨ ਸੀਗਾ ਉਹਨਾਂ ਦਾ ਪਲਾਨ ਸੀਗਾ ਕਿ ਅਸੀਂ ਮਿੱਠੂ ਨੂੰ ਮਾਰਾਂਗੇ ਤੇ ਜੱਸੀ ਨੂੰ ਕਿਡਨੈਪ ਕਰਕੇ ਉਹਨੂੰ ਵਾਪਸ ਉਹਦੇ ਘਰ ਦਿਆਂ ਦੇ ਹਵਾਲੇ ਕਰਾਂਗੇ। ਤੋਂ ਮਿੱਠੂ ਦੀ ਜਿਹੜੀ ਬਾਡੀ ਸੀਗੀ ਉਹ ਉਹਨਾਂ ਨੇ ਸਿੱਟਣੀ ਸੀ ਇੱਕ ਨਹਿਰ ਦੇ ਕਿਨਾਰੇ ਜੋ ਕਿ ਲੁਧਿਆਣਾ ਜ਼ਿਲ੍ਹੇ ਦੀ ਸੀ। ਤੇ ਲੁਧਿਆਣਾ ਜ਼ਿਲ੍ਹਾ CIA ਦਾ ਹੈੱਡ ਸੀਗਾ ਜੋਗਿੰਦਰ ਸਿੰਘ। ਤੋਂ ਉਸਨੇ ਖੁਦ ਹੀ ਕੇਸ ਇਨਵੈਸਟੀਗੇਟ ਕਰਨਾ ਸੀਗਾ ਅਤੇ ਜੋ ਪਲਾਨ ਸੀ ਜੋ ਪੁਲਿਸ ਕੇਸ ਦੇ ਹਿਸਾਬ ਦੇ ਨਾਲ ਪਲਾਨ ਇਹ ਸੀਗਾ ਕਿ ਅਸੀਂ ਮੇਰੇ ਇਲਾਕੇ ਚੋ লাশ ਮਿਲੇਗੀ ਮੈਂ ਇਸ ਨੂੰ ਅਨਸੋਲਡ ਕੇਸ ਕਹਿ ਕੇ ਡਿਕਲੇਅਰ ਕਰਦਾਗਾ ਜਾਂ ਫਿਰ ਅਸੀਂ ਇਸ ਕੇਸ ਨੂੰ ਕਰ ਦਵਾਂਗੇ ਵੀ ਕੋਈ ਲੁਟੇਰੇ ਸੀਗੇ ਜਿਹੜੇ ਮੁੰਡੇ ਨੂੰ ਮਾਰ ਗਏ অর ਸਮਥਿੰਗ ਹੋਇਆ ਕਿ ਜਦੋਂ ਮਿੱਠੂ ਨੂੰ ਉਹਨਾਂ ਨੇ ਮਾਰਿਆ ਉਹਨੂੰ ਕੱਟ ਦਿੱਤਾ ਉੱਥੇ ਪਰ ਉਹ ਉਹਨਾਂ ਨੇ ਸੋਚਿਆ ਕਿ ਇਹ ਮਰ ਗਿਆ ਤੇ ਜੱਸੀ ਨੂੰ ਹਵੇਲੀ ਵਿੱਚ ਲੈ ਗਏ ਜਿੱਥੇ ਉਹਨਾਂ ਨੇ ਬਾਅਦ ਚ ਉਹਨੂੰ ਕੁਰਸੀ ਨਾਲ ਬੰਨ ਕੇ ਮਾਰਿਆ ਤੇ ਜਦੋਂ ਉਹ ਵਾਪਸ ਆਏ ਤਾਂ ਮਿੱਠੂ ਨਹੀਂ ਸੀ ਮਿੱਠੂ ਤੇ ਸੀ ਨਹੀਂ ਬਿਕਾਜ਼ ਮਿੱਠੂ ਬਚ ਗਿਆ ਸੀ ਤੇ ਉਹਦੀ ਹਿੰਮਤ ਹੈ ਉਦ ਅੰਨੇ ਕੱਟੇ ਜਾਣ ਦੇ ਬਾਵਜੂਦ ਵੀ ਉਹ ਆਪਣੇ ਨੇੜੇ ਹੀ ਨਾਰੀਕੇ ਪਿੰਡ ਸੀਗਾ ਜਿੱਥੇ ਉਹ ਪੰਜ ਕੁੰਨੇ ਮਦਦ ਲਿੱਤੀ ਤੇ ਇਸ ਹਫੜਾ ਦਫਰੀ ਦੇ ਵਿੱਚ ਜੱਸੀ ਦੀ ਬਾਡੀ ਉਹ ਨਹਿਰ ਦੇ ਸਿੱਟਣ ਦੀ بجائے ਉਹਨਾਂ ਨੇ ਸੜਕ ਦੇ ਕਿਨਾਰੇ ਸਿੱਟ ਦਿੱਤੀ ਉਹ ਵੀ ਸੜਕ ਦੇ ਸੰਗਰੂਰ ਜ਼ਿਲ੍ਹੇ ਵਾਲੇ ਪਾਸੇ ਜੇ ਉਹ ਉਹਨਾਂ ਨੇ ਲੁਧਿਆਣੇ ਵਾਲੇ ਪਾਸੇ ਸਿੱਟੀ ਹੁੰਦੀ ਤਾਂ ਕੇਸ ਜਗਿੰਦਰ ਸਿੰਘ ਕੋਲ ਆਣਾ ਸੀ ਬਿਕੋਜ਼ ਉਹ ਸੰਗਰੂਰ ਵਾਲੇ ਪਾਸੇ ਸੀਗੀ ਜੂਰਿਸਡਿਕਸ਼ਨ ਬਦਲ ਗਈ ਉਹਦੇ ਵਿੱਚ ਜਤਿੰਦਰ ਆਲਖ ਆ ਗਏ ਹਾਲਾਂਕਿ ਸਵਰਨਜੀਤ ਸਿੰਘ ਉਸ ਇਲਾਕੇ ਦੇ ਇਨਸਪੈਕਟਰ ਨਹੀਂ ਸੀ ਉਹ ਅਮੰਦਗੜ ਦੇ ਇਨਸਪੈਕਟਰ ਸੀਗੇ ਔਰ ਉਹਨਾਂ ਨੂੰ ਸਪੈਸ਼ਲ ਬੁਲਾਇਆ ਗਿਆ ਬਿਕੋਜ਼ ਉਹਨਾਂ ਦੀ ਬੜੀ ਸਾਖ ਸੀਗੀ ਇਨਵੈਸਟੀਗੇਸ਼ਨ ਦੀ ਸੋ ਉਹਨਾਂ ਨੇ ਕੇਸ ਸੋਲਵ ਕੀਤਾ ਉਹ ਸੋਲਵ ਵੀ ਫੋਨ ਕਾਲਸ ਦੇ ਥਰੂ ਹੋਇਆ ਬਿਕੋਜ਼ ਜਿੰਨੇ ਵੀ ਜੱਸੀ ਦੇ ਮਾਂ ਦੇ ਉਹ ਉਸ ਟਾਈਮ ਤਾਂ ਕੋਈ ਜ਼ਿਆਦਾ ਮੋਬਾਈਲ ਸੀਗੇ ਨਹੀਂ 2000 ਵਿੱਚ ਉਸ ਏਰੀਆ 'ਚ ਥੋੜੇ ਜੇ ਮੋਬਾਈਲ ਚੱਲ ਰਹੇ ਸੀ ਜੋ ਅਨਿਲ ਕੁਮਾਰ ਕੋਲ ਸੀਗੇ ਕੰਟਰੈਕਟ ਕਲਰ ਕੋਲ ਤੇ ਜੋਗਿੰਦਰ ਸਿੰਘ ਦਾ ਚੱਲ ਰਿਹਾ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਦੀ ਲੈਂਡਲਾਈਨਸ ਕਾਲ ਹੋ ਗਈਆਂ ਕਾਫੀ ਕੁਝ ਮੈਚ ਕਰ ਗਿਆ ਜਿਸ ਤੋਂ ਇਹ ਕੇਸ ਸਾਲਵ ਹੋ ਗਿਆ ਜੀ ਜੋਗਿੰਦਰਜੀਤ ਸਿੰਘ ਤੁਸੀਂ ਜਿਹੜਾ ਇਹ ਲਿਖਿਆ ਹੈ ਇੰਨੀ 트ੈਜੇਡੀ ਹੋਣ ਦੇ ਬਾਅਦ ਇਹਨੂੰ ਕੀ ਨਾਮ ਦੀ ਹੈ ਕਿਉਂਕਿ ਹੁੰਦਾ ਹੈ ਕਿ ਬੁਕਸ ਦਾ ਹੁੰਦਾ ਹੈ ਕਿ ਥਿਸ ਇਜ਼ ਰੋਮਾਂਟਿਕ ਨੋਵਲ ਪੋਇਟਰੀ অর ਥਿਸ ਇਜ਼ ਹਿਸਟੋਰੀਕਲ ਨੋਵਲ ਨੋਵਲ অর ਥਿਸ ਇਜ਼ ਸਮਥਿੰਗ ਸਾਇੰਸ ਫਿਕਸ਼ਨ অর ਵਾਟਐਵਰ ਇਟ ਇਜ਼ ਹਨਾ ਤੁਸੀਂ ਪ੍ਰੋਜ਼ ਲਿਖਤੇ ਲਿਖਤੇ ਮੈਨੂੰ ਉਹਦੇ ਵਿੱਚ ਤੁਹਾਡੇ ਬਹੁਤ ਕਲਾਵਾਂ ਮਿਲਿਆ ਨੇ ਬਹੁਤ ਆਰਟ ਮਿਲਿਆ ਨੇ ਤੁਹਾਡੇ ਦੇ ਟੈਲੈਂਟਸ ਮਿਲਿਆ ਨੇ ਇਹਦੇ ਚੁਬੇਂਦਰ ਜੀ ਤੇ ਇੱਕਦਮ ਪ੍ਰੋਜ਼ ਲਿਖਤੇ ਲਿਖਤੇ ਪੋਇਟਰੀ ਵੱਲ ਚਲੇ ਜਾਂਦੇ ਆ ਬਹੁਤ ਪੋਇਟਰੀ ਵਿੱਚ ਸ਼ੁਰੂ ਹੋ ਜਾਂਦੀ ਹੈ ਮਤਲਬ ਉਹ ਰਾਸ ਆਣਾ ਸ਼ੁਰੂ ਹੋ ਜਾਂਦਾ ਹੈ ਇਕਦਮ ਉਹਦੇ ਬਾਅਦ ਟ੍ਰੈਜੇਡੀ ਵੱਲ ਚਲੇ ਜਾਂਦੇ ਆ ਇਹਨੂੰ ਕੀ ਕਹੀਏ ਰੋਮਾਂਟਿਕ ਟ੍ਰੈਜੇਡੀ ਔਰ ਕਿਸਰਕੇ ਦਾ ਕਿਉਂਕਿ ਰੋਮਾਂਟਿਕ ਟ੍ਰੈਜੇਡੀ ਜੋ ਤੁਹਾਡੇ ਉਹ ਚੈਪਟਰਸ ਪੜ੍ਹਦੇ ਹੋ ਤੁਸੀਂ ਜੀ ਜੀ ਰੋਮਾਂਸ ਦੀ ਪ੍ਰਾਈਮ ਹੈਗੀ ਹੈ ਬਹੁਤ ਬਿਊਟੀਫੁਲੀ ਇਹਨੂੰ ਤੁਸੀਂ ਨਰੇਟ ਕੀਤਾ ਬਹੁਤ ਹੀ ਸੈਂਸਿਬਲੀ ਕੀਤਾ ਬਹੁਤ ਹੀ ਬਿਊਟੀਫੁਲੀ ਕੀਤਾ ਔਰ ਉੱਥੇ ਖੁਦ ਖੜੇ ਹੋ ਕੇ ਇੰਨੇ ਕੈਰੈਕਟਰਸ ਦੇ ਵਿੱਚ ਵਿਚਰਨਾ ਕਿਥੇ ਇੱਕ ਤੁਸੀਂ ਫੁੱਲਾਂ ਪੱਤੀਆਂ ਦੀ ਗੱਲ ਕਰ ਰਹੇ ਹੋ ਫੈਂਟਸੀ ਫਲਾਈਟਸ ਆਫ ਫੈਂਟਸੀ ਦੀ ਗੱਲ ਕਰ ਰਹੇ ਹੋ ਇੱਕ ਵਾਰੀ ਉਥੇ ਤੁਸੀਂ ਇਨਵੈਸਟੀਗੇਸ਼ਨ 'ਚ ਚਲੇ ਜਾਂਦੇ ਹੋ ਕੋਰਟ ਕਚਹਿਰੀ 'ਚ ਖੜੇ ਹੋ ਜਾਂਦੇ ਹੋ ਨਾਲ ਦੀ ਨਾਲ ਤੁਸੀਂ ਇਨਵੈਸਟੀਗੇਟਿਵ ਆਫੀਸਰ ਬਣ ਜਾਂਦੇ ਹੋ ਉਹਦੇ ਬਾਅਦ ਇੱਕ ਜਰਨਲਿਸਟ ਇਨਵੈਸਟੀਗੇਟਿਵ ਜਰਨਲਿਸਟ ਬਣਦੇ ਹੋ ਔਰ ਨਾਲ ਹੀ ਫਿਰ ਜਿਹੜਾ ਮੈਂ ਪਹਿਲੇ ਕਿਹਾ ਸੀਗਾ ਕਿ ਯੂ ਆਰ ਡਿਸਕ੍ਰਾਈਬਿੰਗ ਯੂਰ ਓਨ ਪਰਸਨੈਲਿਟੀ ਉਹ ਕਿਤਨਾ ਕਿਤੇ ਤੁਸੀਂ ਆਪਣੇ ਉਹਨੂੰ ਪੈਂਪਰ ਵੀ ਕਰ ਰਹੇ ਹੋ ਸ਼ਾਇਦ ਐਸ ਕਰਕੇ ਕਿ ਇਹ ਬਹੁਤ ਔਖਾ ਸੀ ਲਿਖਣਾ ਹਾਂਜੀ ਯੈਸ ਵਿਚ ਵਿਚ ਤੁਹਾਨੂੰ ਇੱਕ ਰਿਲੀਫ ਚਾਹੀਦਾ ਹੁੰਦਾ ਹੈ ਵੈਸੇ ਵੀ ਇੱਕ ਰੇਨਬੋ ਹੈ ਲਾਈਫ ਆਪਣੇ ਸਾਰਿਆਂ ਦੀ ਇੱਕ ਰੇਨਬੋ ਦੀ ਤਰ੍ਹਾਂ ਹੁੰਦੀ ਹੈ ਕਦੀ ਆਪਾਂ ਨੂੰ ਮਾੜੇ ਅਹਿਸਾਸ ਹੈ ਕਦੀ ਉਦਾਸ ਟਾਈਮ ਹੈ ਕਦੀ ਖੁਸ਼ੀ ਦਾ ਟਾਈਮ ਹੈ ਪਰ ਮੈਂ ਇਹ ਜੋ ਜੋ ਵੀ ਰੋਮਾਂਸ ਲਿਖਿਆ ਹੈ ਮੈਂ ਉਹ ਮਿੱਠੂ ਦੀ ਜ਼ਬਾਨੀ ਲਿਖਿਆ ਹੈ ਕੁਝ ਇਮੇਜਿਨ ਵੀ ਕੀਤਾ ਬਿਕੋਜ਼ ਉਸ ਦੇ ਵਿੱਚ ਉਹਨਾਂ ਇਸ ਵਕਤ ਮਿੱਠੂ ਜ਼ਿੰਦਾ ਲਾਸ਼ ਦੀ ਤਰ੍ਹਾਂ ਹੈ ਪਰ ਜਦੋਂ ਉਹ ਜੱਸੀ ਦੀ ਗੱਲ ਕਰਦਾ ਹੈ ਨਾ ਤਾਂ ਉਹਦੀ ਅੱਖਾਂ 'ਚ ਅਜੇ ਵੀ ਚਮਕ ਹੈ ਸੋ ਜਿਹੜੀ ਉਹ ਚਮਕ ਹੈ ਉਸ ਨੂੰ ਸਮਝ ਕੇ ਲਿਖਣਾ ਉਹ ਸੀਗਾ ਜੋ ਉਸਨੇ ਸੈਟਿੰਗ ਦੱਸੀ ਉਹ ਕਿਵੇਂ ਜੱਸੀ ਨੂੰ ਮਿਲਦਾ ਸੀ ਆਪਣੇ ਇੱਕ ਕਾਮਨ ਫਰੈਂਡ ਦੇ ਘਰੋਂ ਮਿਲਦੇ ਸੀਗੇ ਜੋ ਜੱਸੀ ਦੀ ਜੋ ਮਿੱਠੂ ਦੀ ਭੈਣ ਸੀਗੀ ਕਿਵੇਂ ਉਹ ਮਿਲਦੇ ਸੀ ਤੇ ਜੱਸੀ ਦਾ ਆਪਣੇ emotions ਤੇ ਕਿਉਂਕਿ ਜੱਸੀ ਲੇਟ ਟੀਨਸ ਸੀਗੀ 19 ਸਾਲ ਦੀ ਸੀ ਜਦੋਂ ਮਿੱਠੂ ਨੂੰ ਮਿਲੀ ਤਾਂ ਮਿੱਠੂ ਤੋਂ ਸਾਲ ਵੱਡੀ ਹੀ ਸੀਗੀ ਉਹ ਸੋ ਉਹ ਜੱਸੀ ਦਾ ਜੱਸੀ ਮਿੱਠੂ ਨੂੰ ਮਿਲਣ ਤੋਂ ਪਹਿਲਾਂ ਬਹੁਤ ਰੋਂਦੀ ਹੁੰਦੀ ਸੀ ਹਾਂ ਤੇ ਉਹਨੂੰ ਬਾਰ-ਬਾਰ ਕਹਿੰਦੀ ਹੁੰਦੀ ਸੀ ਕਿ ਮਿੱਠੂ ਮੈਂ ਮੈਨੂੰ ਐ ਲੱਗਦਾ ਹੈ ਕਿ ਆਪਾਂ ਜ਼ਿਆਦਾ ਦਿਨ ਇਕੱਠੇ ਨਹੀਂ ਹਾਂ। ਸੋ ਹੋ ਸਕਦਾ ਉਹਦੀ ਆਤਮਾ ਨੂੰ ਇਹ ਅਹਿਸਾਸ ਸੀਗਾ ਕਿ ਆਪਾਂ ਜ਼ਿਆਦਾ ਦਿਨ ਇਕੱਠੇ ਨਹੀਂ ਹਾਂ ਤੇ ਮਿੱਠੂ ਜਿਵੇਂ ਕਿ ਲੜਕੀਆਂ ਨੂੰ ਜ਼ਿਆਦਾ ਸਮਝ ਆਂਦ ਹੁੰਦੀ ਨਹੀਂ। ਸੋ ਮਿੱਠੂ ਬਿਲਕੁਲ ਹੀ ਪਿੰਡ ਦਾ ਮੁੰਡਾ ਉਹਨੂੰ ਬਿਲਕੁਲ ਹੀ ਸਮਝ ਨਹੀਂ ਸੀ ਤਾਂ ਉਹ ਉਸ ਦਾ ਨਾ ਇੱਕ ਉਹਦੀ ਐਗਜ਼ੈਸਪਰੇਸ਼ਨ ਸੀਗੀ ਕਿ ਯਾਰ ਇਹ ਕਿਉਂ ਰੋ ਰਹੀ ਹੈ। ਤੇ ਮੈਨੂੰ ਕਿਉਂ ਨਹੀਂ ਗੱਲ ਸਮਝ ਆ ਰਹੀ ਹੈਗੀ ਕਿ ਇਹ ਸਾਰਾ ਕੁਝ ਉਹਦੇ ਵਿੱਚ ਮੈਂ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਵੇਂ ਮੈਂ ਦੱਸਿਆ ਕਿ ਮਿੱਠੂ ਕਦੀ ਪਾਸਟ ਵਿੱਚ ਕਦੀ ਪ੍ਰੈਜ਼ੈਂਟ ਵਿੱਚ ਉਨ ਮਿੱਠੂ ਦੀ ਲਾਈਫ ਸਿਰਫ ਜੱਸੀ ਦੀ ਯਾਦਾਂ ਨੇ ਹਮ ਹਮ ਹੋਰ ਉਹਦੀ ਲਾਈਫ ਵਿੱਚ ਕੁਝ ਨਹੀਂ ਹਮ ਬਹੁਤ ਔਖਾ ਨੋਵੇਲ ਹੈ ਪਰ ਦਾ ਵੈਸੀ ਦੇਖਿਆ ਜਾਏ ਤਾਂ ਕਿਉਂਕਿ ਔਰ ਲਿਖਿਆ ਬਹੁਤ ਬਿਊਟੀਫੁਲੀ ਹੈ ਤੁਸੀਂ ਬਹੁਤ ਸਿੰਪਲੀਸਿਟੀ ਨਾਲ ਲਿਖਿਆ ਹੈ ਬਹੁਤ ਮਤਲਬ ਕਿ ਈਵੈਂਟ ਆਫਟਰ ਈਵੈਂਟ ਚੀਜ਼ਾਂ ਨੂੰ ਇਸਟੈਬਲਿਸ਼ ਕੀਤਾ ਹੈ ਬਹੁਤ ਚੰਗੇ ਤਰੀਕੇ ਦੇ ਨਾਲ ਪਰ ਜਿਹੜਾ ਹੁਣ ਜੁਪਿੰਦਰਜੀਤ ਇਹਨੂੰ ਲੈ ਕੇ ਕੀ ਸੋਚ ਰਹੇ ਨੇ ਕਿ ਲਿਖਤਾ ਦਿੱਤਾ ਤੁਸੀਂ ਲੋਕ ਪੜਨਗੇ ਵੀ ਔਰ ਜਿਹੜਾ ਜਿਹਦੇ ਹੱਥ ਲੱਗੇਗਾ ਉਹ ਇੱਕ ਵਾਰੀ ਪੜੇਗਾ ਜ਼ਰੂਰ ਪਰ ਮੈਂ ਇੱਕ ਸੁਜੈਸ਼ਨ ਸਿਰਫ ਮੈਨੂੰ ਇਦਾਂ ਲੱਗਿਆ ਵੀ ਤੁਸੀਂ ਇਹਦੇ ਵਿੱਚ ਕਿਤੇ ਨਾ ਕਿਤੇ ਮਿੱਠੂ ਔਰ ਜੱਸੀ ਦੀ ਪਿਕ ਮਿਸ ਕਰ ਗਏ ਕਿਤੇ ਹੋਣੀ ਚਾਹੀਦੀ ਸੀ ਸ਼ਾਇਦ ਮੈਨੂੰ ਇਦਾਂ ਲੱਗਦਾ ਹੈ ਸ਼ਾਇਦ ਸ਼ਾਇਦ ਕਿਤੇ ਵਿੱਚ ਹੋ ਸਕਦੀ ਸੀ ਇੱਕ ਕਿਸੇ ਚੈਪਟਰ ਚ ਜਾਂ ਕਿਤੇ ਪਿੱਛੇ ਹੋ ਸਕਦੀ ਸੀ ਜਾਂ ਜਸਟ ਇੱਕ ਕਿਤੇ ਹੋ ਸਕਦੀ ਸੀਗੀ ਸ਼ਾਇਦ ਹੋ ਹਾਂਜੀ ਐਕਚੁਅਲੀ ਮੈਨੂੰ ਮਿੱਠੂ ਨੇ ਕਿਹਾ ਸੀਗਾ ਕਿ ਹੁਣ ਉਹ ਕਈ ਵਾਰ ਨਾ ਜੱਸੀ ਦੀ ਜੱਸੀ ਦੀ ਫੇਸ ਨੂੰ ਉਹ ਬਣਾ ਨਹੀਂ ਪੰਦਾ ਹੈਗਾ ਉਸ ਨੂੰ ਇਮੇਜਨ ਨਹੀਂ ਕਰ ਪੰਦਾ ਹੈਗਾ ਕਈ ਵਾਰੀ ਸੋ ਮੈਨੂੰ ਲੱਗਿਆ ਕਿ ਜੇ ਮੈਂ ਇੱਕ ਫੋਟੋ ਉਸ ਤੇ ਪਾ ਦਿੱਤੀ ਤਾਂ ਜਿੰਨੇ ਵੀ ਮੇਰੇ ਰੀਡਰ ਹੋਣਗੇ ਉਹ ਸਾਰੇ ਉਸ ਫੋਟੋ ਤੇ ਲਿਮਟ ਹੋ ਜਾਣਗੇ ਜਦੋਂ ਅਸੀਂ ਕਿਤਾਬ ਬੜਦੇ ਆ ਕੋਈ ਲਵ ਸਟੋਰੀ ਸੁਣਦੇ ਹੈਗੇ ਤਾਂ ਸਾਡੀ ਜੋ ਆਪਣੀ ਲਾਈਫ ਦੀ ਲਵ ਸਟੋਰੀ ਹੈ ਉਹਦੇ ਜਿਹੜੇ ਕੈਰੈਕਟਰਸ ਆ ਉਹ ਵੀ ਸਾਹਮਣੇ ਆਉਂਦੇ ਨੇ ਸੋ ਇਸ ਕਰਕੇ ਹੀ ਅਸੀਂ ਇਹਦੇ ਵਿੱਚ ਫੋਟੋ ਨੇ ਯੂਜ਼ ਕੀਤੀ ਕਿ ਜਿਹੜੀ ਰੀਡਰ ਦੀ ਫੈਂਟਸੀ ਹੈ ਜਿਹੜੀ ਉਹਦੀ ਆਈਡੈਂਟੀਫਿਕੇਸ਼ਨ ਹੈ ਇਸ ਸਟੇਨ ਦੇ ਨਾਲ ਹਰ ਇੱਕ ਦੀ ਜ਼ਿੰਦਗੀ ਦੀ ਲਵ ਸਟੋਰੀ ਹੈਗੀ ਹੈ ਸੋ ਉਹ ਅਸੀਂ ਉਸ ਨੂੰ ਉਹਦੇ ਵਿੱਚ ਲਿਮਿਟ ਨਹੀਂ ਸੀ ਕਰਨਾ ਚਾਹਦੇ ਜੀ ਅੱਗੇ ਕੀ ਇਹਦੇ ਹੁਣ ਇਸ ਦਾ ਹਿੰਦੀ ਟ੍ਰਾਂਸਲੇਸ਼ਨ ਹੋ ਚੁੱਕੀ ਹੈ ਜੀ ਤੇ ਉਹ ਪ੍ਰਬਾਤ ਪ੍ਰਕਾਸ਼ਨ ਨੇ ਦਿੱਲੀ ਦੇ ਹਿੰਦੀ ਦੇ ਕਾਫੀ ਅੱਛੇ ਨਾਮੀ ਪਬਲਿਸ਼ਰ ਨੇ ਉਹ ਛਾਪ ਰਨੇ ਨੇ ਤੇ ਬਹੁਤ ਜਲਦੀ ਇਹਦੀ ਪੰਜਾਬੀ ਟ੍ਰਾਂਸਲੇਸ਼ਨ ਪੂਰੀ ਹੋ ਜਾਏਗੀ ਹਮ ਤੇ ਮੈਨੂੰ ਉਮੀਦ ਹੈ ਕਿ ਅਗਲੇ 2 ਮਹੀਨਿਆਂ ਚ ਇਸ ਦੀ ਪੰਜਾਬੀ ਟਰਾਂਸਲੇਸ਼ਨ ਆ ਜਾਏਗੀ ਤਾਂਕਿ ਮੈਂ ਇਸ ਨੂੰ ਪੰਜਾਬ ਦੇ ਹਰ ਕੋਨੇ ਚ ਇਸ ਕਹਾਣੀ ਨੂੰ ਪਹੁੰਚਾ ਸਕਾਂ। ਆਨਰ ਕਿਲਿੰਗ ਵਰਡ ਬੜਾ ਡਰਾਉਣਾ ਹੈ। ਪੰਜਾਬ ਦੇ ਵਿੱਚ ਤਾਂ ਹੈ ਹੀ ਹੈ ਪਰ ਹਰਿਆਣਾ ਵਿੱਚ ਵੀ ਖਾਪ ਪੰਚਾਇਤਾਂ ਨੇ ਵੀ ਇਹ ਚੀਜ਼ ਨੂੰ ਕੀਤਾ ਹੈ। ਲਾਸਟ ਵਰਡ ਚਾਹਾਂਗੀ ਤੁਹਾਡਾ ਇਸ ਤੇ ਕਿ ਕੀ ਸੁਨੇਹਾ ਤੁਸੀਂ ਆਪਣੇ ਇਹ ਸਾਰੇ 22 ਸਾਲ ਦੇ ਐਕਸਪੀਰੀਅੰਸ ਇਹਦੇ ਬਿਲਕੁਲ ਬਿਲਕੁਲ ਇਹਦੇ ਵਿੱਚ ਕੋਈ ਆਨਰ ਨਹੀਂ ਹੈ ਇਹ ਇਹ ਇਨਫੈਕਟ ਜਿਹੜੀ ਕਹਿੰਦੇ ਕਿ ਇੱਜ਼ਤ ਲਈ ਅਸੀਂ ਕ੍ਰਾਈਮ ਕੀਤਾ ਹੈ ਇਹਦੇ ਵਿੱਚ ਕੋਈ ਇੱਜ਼ਤ ਨਹੀਂ ਹੈ ਮੈਨੂੰ ਲੱਗਦਾ ਸਭ ਤੋਂ ਬੇਦਫੈਲੀ ਹੈ ਅਤੇ ਸਭ ਤੋਂ ਕਵਰਡਲੀ ਕੰਮ ਹੈਗਾ ਇਹ ਇਹ ਡਿਸਆਨਰੇਬਲ ਕਿਲਿੰਗ ਹੈ ਇਹ ਇਹ ਮੀਡੀਆ ਹੀ ਇਸ ਦਾ ਦੋਸ਼ੀ ਹੈ ਸਾਨੂੰ ਵੀ ਆਨਰ ਕਿਲਿੰਗ ਹੀ ਲਿਖਣਾ ਪੈ ਰਿਹਾ ਬਿਕੋਜ਼ ਅਜੇ ਤੱਕ ਸਾਨੂੰ ਇਸ ਦਾ ਕੋਈ ਵਰਡ ਨਹੀਂ ਮਿਲ ਰਿਹਾ ਪਰ ਮੈਨੂੰ ਲੱਗ ਰਿਹਾ ਕਿ ਡਿਸਆਨਰੇਬਲ ਕਿਲਿੰਗ ਹੀ ਮੇਨ ਕਿਲਿੰਗ ਹੈ ਹੂੰ ਹੂੰ ਬਿਲਕੁਲ ਬੁਚਡ ਫਾਰ ਲਵ ਜੁਪਿੰਦਰ ਜਿੱਤਦੀ ਹੈ ਬੁੱਕ ਹੈਗੀ ਇਹ ਤੁਸੀਂ ਇਹਨੂੰ ਦੇਖੋ ਇੱਕ ਵਾਰੀ ਤੇ ਬਹੁਤ ਅੱਛੇ ਰਿਪੋਰਟਰ ਨੇ ਬਹੁਤ ਅੱਛੇ ਇਹਨਾਂ ਨੇ ਰਿਪੋਰਟਿੰਗ ਕੀਤੀ ਹੈ ਸਾਰੀ ਉਮਰ ਬਹੁਤ ਵਧੀਆ ਤੇ ਉਸ ਦੇ ਨਾਲ ਨਾਲ ਇਹਨਾਂ ਨੇ ਬਹੁਤ ਕੰਮ ਕੀਤਾ ਹੈ ਔਰ ਹੁਣ ਜਿਨੂੰ ਅਸੀਂ ਕਹਿੰਦੇ ਆ క్రికెਟਰ ਟਰਨ ਪੋਲੀਟੀਸ਼ੀਅਨ ਐਵੇਂ ਦੇ ਕਈ ਚੀਜ਼ ਡਾਕਟਰ ਟਰਨ ਪੋਲੀਟੀਸ਼ੀਅਨ ਹੁਣ ਆਮ ਆਦਮੀ ਪਾਰਟੀ ਆ ਪੰਜਾਬ ਦੇ ਵਿੱਚ ਤੇ ਕਈ ਐਡਵੋਕੇਟ ਟਰਨ ਪੋਲੀਟੀਸ਼ੀਅਨ ਹੋ ਗਏ ਨੇ ਪਰ ਕਦੀ ਜਿਹੜਾ ਜਰਨਲਿਸਟ ਟਰਨ ਰਾਈਟਰ ਜਾਂ ਪੋएट ਹੁੰਦਾ ਹੈ ਉਹ ਬਹੁਤ ਸੰਜੀਦਾ ਹੁੰਦਾ ਹੈ ਬਹੁਤ ਫੈਕਚੁਅਲ ਹੁੰਦਾ ਹੈ। ਉਸ ਸਬ ਦਾ ਆਪਣਾ ਇੱਕ ਤਰੀਕਾ ਹੁੰਦਾ ਹੈ। ਮੈਂ ਉਹਨਾਂ ਨੂੰ ਸ਼ੁਭ ਕਾਮਨਾਵਾਂ ਦੇਣੀ ਆਂ ਔਰ ਮੈਂ ਬਹੁਤ ਖੁਸ਼ ਵੀ ਆਂ ਔਰ ਦੁਖੀ ਵੀ ਆਂ ਕਿਉਂ ਚੰਗੀ ਚੀਜ਼ ਤਾਂ ਲਿਖੀ ਸੋਹਣੀ ਰਾਈਟਿੰਗ ਲਿਖੀ ਆ ਉਹਨਾਂ ਨੇ ਪਰ ਉਹਨਾਂ ਨੇ ਦੁੱਖ ਭਰੀ ਕਹਾਣੀ ਜਿਹੜੀ ਲਿਖੀ ਉਹ ਅੰਦਰ ਵਾਕਈ ਝੰਜੋੜ ਜਾਂਦੀ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਬਿੰਦੂ ਜੀ ਥੈਂਕ ਯੂ। ਜੋਪਿੰਦਰਜੀਤ ਸਿੰਘ ਸਾਡੇ ਨਾਲ ਸੀਗੇ ਅੱਜ ਸਾਡੇ ਮਹਿਮਾਨ ਸੀਗੇ। ਜ਼ਰੂਰ ਪੜਨਾ ਇਹਨਾਂ ਦੀਆਂ ਹੋਰ ਵੀ ਬੁਖ ਨੇ ਗੱਲ ਤਾਂ ਮੈਨਾਂ ਦੀ ਪੂਰੇ ਪ੍ਰੋਫਾਈਲ ਤੇ ਕਰਨਾ ਚਾਹੁੰਦੀ ਸੀ ਪਰ ਇਹਨੇ ਮੈਨੂੰ ਬੁਖ ਨੇ ਜਿਹੜਾ ਬੰਨ ਕੇ ਰੱਖ ਲਿਆ ਅਗਲੇ ਵਾਰ ਫੇਰ ਬੁਲਾਵਾਂਗੇ ਇਹਨਾਂ ਨੂੰ ਇਹਨਾਂ ਦੇ ਹੋਰ ਰਾਈਟਿੰਗਸ ਤੇ ਗੱਲ ਕਰਨ ਵਾਸਤੇ ਬਹੁਤ ਵੈਲਿਊਏਬਲ ਸ਼ਖਸੀਅਤ ਨੇ ਦੁਬਾਰਾ ਤੁਸੀਂ ਸਾਡੇ ਮਹਿਮਾਨ ਜ਼ਰੂਰ ਹੋਗੇ ਮੇਰੇ ਨਾਲ ਮੇਰੀ ਕੈਮਰਾ ਟੀਮ ਤੇ ਸਰਜੀਤ ਦੇ ਨਾਲ ਉਹਨਾਂ ਦੇ ਦੋ ਹੋਰ ਅਸਿਸਟੈਂਟਸ ਨੇ ਸਾਡੇ ਕੈਮਰਾਮੈਨ ਨੇ ਤੇ ਫੇਰ ਮਿਲਾਂਗੇ ਕਿਸੇ ਹੋਰ ਜਗ੍ਹਾ ਕਿਸੇ ਹੋਰ ਮਹਿਮਾਨ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ